ਉਹ ਗਾਣਾ ਨੇ ਪਹਿਲੇ ਤੇ ਮੈਂ ਗਾਇਆ ਸੀ ਔਰ ਬਾਅਦ ਵਿੱਚ ਉਹਨੂੰ ਕਾਪੀ ਕਰ ਲਿਆ ਕਿਹੜਾ ਸੀ ਵੇ ਤੇਰੀ ਮਾਂ ਨੇ ਵੰਡੇ ਨੇ ਭਾਂਡੇ ਵੇ ਨਾ ਜਾਈ ਬਸ਼ਰਮਾ ਵੰਡੇ ਵੇ ਤੇਰੀ ਮਾਂ ਨੇ ਵੰਡਨੇ ਪਾਂਡੇ ਵੇ ਨਾ ਜਾਈ ਬਸ਼ਰਮਾ ਵਾਂਡੇ ਇੱਕ ਥਾਲੀ ਆਉਗੀ ਵੇ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜਾਰਾ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜਾਰਾ ਸਿੰਗਰ ਬਣਨੋਂ ਵਾਸਤੇ ਪਹਿਲੇ ਤਾਲੀਮ ਲੈਣੀ ਬਹੁਤ ਜ਼ਰੂਰੀ ਹੈ ਜੇਰਾ ਸਾਡਾ ਬੇਸਿਕ ਕਲਾਸਿਕਲ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਅਗਰ ਉਹਨੂੰ ਸਿੱਖਾਂਗੇ ਤਾਂ ਹੀ ਅਸੀਂ ਜਿਆਦਾ ਸਰਗਮ ਪਲਟੇ ਨਹੀਂ ਲਗਾਵਾਂਗੇ ਆਲਾਪ ਨਹੀਂ ਲਗਾਵਾਂਗੇ ਪਰ ਸੁਰ ਚ ਤੇ ਗਾਵਾਂਗੇ ਤੁਸੀਂ ਇਹ ਸਾਰਾ ਕੁਝ ਸਿੱਖਿਆ ਆیکل ਸੰਗੀਤ ਜਿਹੜੇ ਕਰ ਰਹੇ ਨੇ ਜਿਹੜੇ ਸਿੰਗਰ ਨੇ ਉਹ 8-10 ਗੀਤ ਕੱਢੇ ਔਰ ਬਣ ਜਾਂਦੇ ਸਿੰਗਰ ਅਮਕਾ ਜੀ ਦੇਖਦੇ ਆ ਕਿ ਜਦੋਂ ਜਾਗਰਨ ਦੇ ਵਿੱਚ ਐ ਕੋਈ ਸ਼ੇਰ ਜਿਸ ਤਰ੍ਹਾਂ ਆਪਾਂ ਉਹਨੂੰ ਆਈਟਮਾ ਕਹਿ ਦਿੰਦੇ ਆ ਸ਼ੇਰ ਦੀ ਆਈਟਮ ਆ ਜਿਤਨਾ ਮਾਤਾ ਰਾਣੀ ਜੀ ਦਾ ਉਹ ਰੂਪ ਧਾਰਨ ਕਰ ਲੇ ਉਹ ਚੀਜ਼ਾਂ ਜਿਹੜੇ ਸਾਡੇ ਪੀਰ ਪਗੰਬਰ ਨੇ ਗੁਰੂ ਮਹਾਰਾਜ ਨੇ ਉਹਨਾਂ ਦਾ ਜਿਹੜਾ ਵਾ ਇੱਕ ਰੂਪ ਧਾਰਨ ਕਰਨਾ ਜਿਹੜਾ ਉਹ ਜਾਗਰਣ ਦੇ ਵਿੱਚ ਠੀਕ ਲੱਗਦਾ ਜੀ ਨਹੀਂ ਇਹ ਬੇਦਵੀ ਹੈ ਇਹ ਇਹ ਉਹਨ ਸਿੰਗਰਾਂ ਨੇ ਸ਼ੁਰੂ ਕੀਤਾ ਜਿਹੜੇ ਬਸੂਰੇ ਸਿੰਗਰ ਨੇ ਜਿਗਰਾਤਾ ਉਹ ਕਰ ਲਿਆ ਇੱਕ ਦੋ ਪੇਟਾ ਗਾਈਆਂ ਬਾਅਦ ਸ਼ਿਵ ਜੀ ਖੜਾ ਕਰ ਦਿੱਤਾ ਉਹਨੂੰ ਨਚਾਤਾ ਕਾਲੀ ਮਾਤਾ ਖੜੀ ਕਰਤੀ ਹੈ ਉਹਨੂੰ ਕਾਸਾ ਦਿੱਤਾ ਲੋਕਾਂ ਕੋਲ ਪੈਸੇ ਮੰਗਵਾ ਲੈ ਦੋਸੋ ਜਿਹੜੇ ਤ੍ਰਿਲੋਕੀ ਦੇ ਮਾਲਕ ਨੇ ਸਾਡੀ ਔਕਾਤ ਹੈ ਉਹਨਾਂ ਨੂੰ ਕਿਆ ਬਾਤ ਹੈ ਤੇਰੀ ਕਿਆ ਬਾਤ ਹੈ ਕਿਆ ਬਾਤ ਹੈ ਤੇਰੀ ਕਿਆ ਬਾਤ ਹੈ ਮੇਰੇ ਖਾਟੂ ਵਾਲੇ ਸ਼ਾਮ ਤੇਰੀ ਕਿਆ ਬਾਤ ਹੈ ਮੇਰੇ ਖਾਟੂ ਵਾਲੇ ਸ਼ਾਮ ਤੇਰੀ ਕਿਆ ਬਾਤ ਹੈ ਕੇਸਰੀਆ ਪਧਾਰੋ ਜਿਮਾਰੇ ਦੇਸ ਦੇਸ ਜੀ ਪਧਾਰੋ ਜਿਮਾਰੇ ਦੇਸ ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਐਨਟੀਵੀ ਪੰਜਾਬ ਲਾਈਵ ਤੇ ਅੱਜ ਤੁਹਾਨੂੰ ਅਸੀਂ ਮਿਲੌਣ ਜਾ ਰਹੇ ਹਾਂ ਪੰਜਾਬ ਦੀ ਬਹੁਤ ਵਧੀਆ ਗਾਇਕਾ ਨਾਲ ਤੋਂ ਆਓ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਪੰਜਾਬ ਦੀ ਉਸ ਗਾਇਕਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੰਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਸਾਡੇ ਘਰ ਆਏ ਹੋ। ਔਰ ਰਵੀ ਜੀ ਦਾ ਵੀ ਧੰਨਵਾਦ ਕਰਦੇ ਆਂ ਜੋ ਕਿ ਤੁਸੀਂ ਸਾਨੂੰ ਲੋਕਾਂ ਦੇ ਰੂਹ ਰੂਹ ਹੋਂ ਦਾ ਮੌਕਾ ਦੇ ਰਹੇ ਹੋ। ਮੈਡਮ ਪਹਿਲਾਂ ਤੇ ਆਪਣਾ ਨਾਮ ਦੱਸ ਕੇ ਤਾਂ ਲੋਕਾਂ ਨਾਲ ਫਿਰ ਅਸੀਂ ਰਾਫਤਾ ਬਣਾएंगे। ਮੇਰਾ ਨਾਮ ਅੰਬਿਕਾ ਸੋਨੀ ਹੈ ਔਰ ਮੈਂ ਜਾਗਰਨ ਔਰ ਪੰਜਾਬੀ ਪ੍ਰੋਗਰਾਮ ਕਰਦੀ ਹਾਂ। ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇਸ ਸੰਗੀਤ ਲੈਣ ਦੇ ਨਾਲ ਜਿਹੜਾ ਵਾ ਤੁਸੀਂ ਜੁੜੇ ਹੋ। ਸੇ ਮੈਨੇਜ ਤੇ ਮੈਂ 25 ਸਾਲਾਂ ਤੋਂ ਜੁੜੀ ਆਂ ਵੈਸੇ ਮੈਂ ਬਚਪਨ ਤੋਂ ਜਦੋਂ 4-5 ਸਾਲ ਦੀ ਸੀ ਨਾ ਉਦੋਂ ਹੀ ਮੇਰੇ ਉਸਤਾਦ ਜੀ ਮੈਨੂੰ ਕਿਸੇ ਰਿਸ਼ਤੇਦਾਰ ਦੇ ਘਰ ਦੇਖਿਆ ਜਾਂਦੇ ਆ ਤੇ ਉਹ ਮੈਨੂੰ ਲੈ ਗਏ ਸੀ ਹੁਣ ਤੁਹਾਡਾ ਜਿਹੜਾ ਸਫਰ ਹੈ ਸੰਗੀਤ ਦਾ ਸਫਰ ਉਹ ਤਕਰੀਬਨ ਕਿੰਨੀ ਦੇਰ ਦਾ ਹੋ ਗਿਆ ਤਕਰੀਬਨ ਤੇ ਅਸੀਂ ਕਹਾਂਗੇ 35 ਸਾਲ ਦਾ ਹੋ ਗਿਆ 35-36 ਸਾਲ ਦਾ ਕਿਉਂਕਿ ਮੈਂ ਬਹੁਤ ਛੋਟੀ ਸੀ ਉਦੋਂ ਤੋਂ ਸ਼ੁਰੂ ਕਰਤਾ ਗਾਣਾ ਲੇਕਿਨ ਬਾਅਦ ਵਿੱਚ ਮੈਂ ਛੜਤਾ ਸੀ ਆਫਟਰ ਮੈਰਿਜ ਔਰ 25 ਸਾਲ ਤੋਂ ਮੈਂ ਕੰਟੀਨਿਊ ਹਾਂ ਅਮਕਾ ਜੀ ਹੁਣ ਦੇਖ ਰਹੇ ਆ ਕਿ ਕਿਸ ਤਰ੍ਹਾਂ ਤੁਹਾਡਾ ਸੰਗੀਤ ਦਾ ਜਿਹੜਾ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਦਾ ਇਸ ਵਿਲੇ ਜਿਹੜਾ ਹਾਲਾਤ ਕਿਸ ਤਰ੍ਹਾਂ ਦੇ ਚੱਲ ਰਿਹਾ ਇਸਲੇ ਕਰੋਨਾ ਤੋਂ ਬਾਅਦ ਤਾਂ ਥੋੜਾ ਫਰਕ ਹੈ ਲੇਕਿਨ ਉਸ ਤੋਂ ਪਹਿਲੇ ਤਾਂ ਸੜਕੋਲ ਦਿਨ ਦੇ ਤਿੰਨ ਤਿੰਨ ਪ੍ਰੋਗਰਾਮ ਹੁੰਦੇ ਸੀ ਔਰ ਬੜੇ ਪ੍ਰੋਗਰਾਮ ਮੋੜੀ ਦੇ ਸੀ ਤੁਸੀਂ ਸਰ ਕੋ ਇਹਨਾਂ ਟਾਈਮ 'ਚ ਇੱਕੋ ਇਨਸਾਨ ਕਿੰਨਾ ਕੰਮ ਕਰ ਸਕਦਾ ਤੇ ਕਰੋਨਾ ਤੋਂ ਬਾਅਦ ਥੋੜਾ ਫਰਕ ਪਿਆ ਜਿਆਦਾ ਨਹੀਂ ਥੋੜਾ ਫਰਕ ਪਿਆ ਦੇਖ ਰਹੇ ਕਿ ਇੱਕ ਜਦੋਂ ਡੀਜੇ ਦਾ ਮਾਹੌਲ ਨਹੀਂ ਸੀ ਡੀਜੇ ਦੇ ਮਾਹੌਲ ਤੋਂ ਪਹਿਲਾਂ ਜੋ ਕਲਾਕਾਰ ਸਨ ਗਾਇਕ ਸਨ ਉਹ ਤਕਰੀਬਨ ਤੁਸੀਂ ਦੱਸ ਰਹੇ ਹੋ ਕਿ ਦਿਨ ਦੇ 2-2 3-3 ਪ੍ਰੋਗਰਾਮ ਅਸੀਂ ਲਾਉਂਦੇ ਸੀਗੇ ਡੀਜੇ ਤੋਂ ਬਾਅਦ ਜਾਂ ਜਦੋਂ ਸੱਭਿਆਚਾਰ ਆ ਗਿਆ ਉਹਦੇ ਨਾਲ ਕਿੰਨਾ ਕਿ ਜਿਹੜਾ ਗਾਇਕਾਂ ਨੂੰ ਸਿੰਗਰਾਂ ਨੂੰ ਕਿੰਨਾ ਫਰਕ ਪਿਆ ਜਿਹੜੇ ਤੇ ਸਹੀ ਅਸਲੀ ਗਾਇਕ ਹੈ ਉਹਨਾਂ ਨੂੰ ਇੰਨਾ ਫਰਕ ਨਹੀਂ ਪਿਆ ਕਿਉਂਕਿ ਲੋਕ ਸੁਣਨ ਵਾਲੇ ਵੀ ਹੈ ਲੋਕ ਵੀ ਹਰ ਤਰ੍ਹਾਂ ਦੇ ਨੇ ਸੁਣਨ ਵਾਲੇ ਵੀ ਹੈ ਤੇ ਕਈ ਸਿਰਫ ਡੀਜੇ ਤੇ ਨੱਚਣ ਵਾਲੇ ਹੀ ਹੈ ਪਰ ਪਿਆ ਥੋੜਾ ਫਰਕ ਤੁਸੀਂ ਕਿਹਾ ਕਿ ਜਿਹੜੇ ਅਸਲੀ ਗਾਇਕ ਨੇ ਅਸਲੀ ਗਾਇਕ ਤੇ ਦੂਸਰੇ ਗਾਇਕ ਦੇ ਵਿੱਚ ਫਰਕ ਕੀ ਮੰਨਦੇ ਜਿਸ ਗਾਇਕਾਂ ਵਿੱਚ ਫਰਕ ਹੁੰਦਾ ਹੈ ਉਸਨੂੰ ਸੁਣਨ ਵਾਲਿਆਂ 'ਚ ਫਰਕ ਹੁੰਦਾ ਹੈ ਜੀ ਸੁਣਨ ਵਾਲਿਆਂ 'ਚ ਇਹ ਫਰਕ ਹੁੰਦਾ ਕਈ ਲੋਕ ਸਮਝਦੇ ਸੰਗੀਤ ਨੂੰ ਸੰਗੀਤ ਨੂੰ ਮਾਨ ਦਿੰਦੇ ਨੇ ਉਹ ਅੱچھے ਕਲਾਕਾਰਾਂ ਨੂੰ ਬੁਲਾ ਕੇ ਜਿਸਾ ਵੱਡੇ ਵੱਡੇ ਕਲਾਕਾਰ ਹੈ ਗੁਲਾਮ ਅਲੀ ਸਾਹਿਬ ਜਗਜੀਤ ਸਿੰਘ ਜੀ ਐ ਜਾਂ ਜਸਵਿੰਦਰ ਢੁੱਲਲਾ ਵਗੈਰਾ ਇਹ ਜਨੂੰ ਬੁਲਾ ਕੇ ਸੰਗੀਤ ਨਾਲ ਸਕੂਨ ਲੈਂਦੇ ਨੇ ਆਪਣੇ ਮਨ ਲਈ ਰੂਹ ਨੂੰ ਖੁਸ਼ ਕਰ ਦਿੰਦੇ ਨੇ ਖੁਸ਼ ਕਰ ਦਿੰਦੇ ਨੇ ਰੂਹ ਨੂੰ ਖੁਸ਼ ਕਰ ਦਿੰਦੇ ਨੇ ਉਹ ਬਿਮਾਰੀ ਮਤਲਬ ਕਿ ਜਿਹੜਾ ਸੰਗੀਤ ਹੈ ਨਾ ਉਹ ਬਿਮਾਰੀਆਂ ਤੱਕ ਠੀਕ ਕਰਦਾ ਹੈ ਇਹ ਤੁਹਾਨੂੰ ਸਾਡਾ ਇਤਿਹਾਸ ਦੱਸਦਾ ਹੈ ਕਿ ਬੇਜੂ ਬਾਬਰਾ ਤਾਨ ਸਿੰਘ ਇਹਨਾਂ ਨੇ ਸੰਗੀਤ ਨਾਲ ਬਿਮਾਰੀਆਂ ਠੀਕ ਕੀਤੀਆਂ ਪੱਥਰ ਤੱਕ ਬੰਗੜਾ ਹਟੇ ਸੰਗੀਤੀ ਚ ਇੰਨੀ ਪਾਵਰ ਹੈ ਲੇਕਿਨ ਅੱਜ ਕੱਲ ਪਾਵਰ ਨਹੀਂ ਹੈ ਅੱਜ ਕਲ ਸੰਗੀਤ ਜਿਹੜੇ ਕਰ ਰਹੇ ਨੇ ਜਿਹੜੇ ਸਿੰਗਰ ਨੇ ਉਹ 8-10 ਗੀਤ ਕੱਢੇ ਔਰ ਬਣ ਜਾਂਦੇ ਸਿੰਗਰ ਸਿੰਗਰ ਬਣਨ ਵਾਸਤੇ ਪਹਿਲੇ ਤਾਲੀਮ ਲੈਣੀ ਬਹੁਤ ਜ਼ਰੂਰੀ ਹੈ ਜਿਹੜਾ ਸਾਡਾ ਬੇਸਿਕ ਕਲਾਸਿਕਲ ਉਹਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਅਗਰ ਉਹਨੂੰ ਸਿੱਖਾਂਗੇ ਤਾਂ ਹੀ ਅਸੀਂ ਜਿਆਦਾ ਸਰਗਮ ਪਲਟੇ ਨਹੀਂ ਲਗਾਵਾਂਗੇ ਆਲਾਪ ਨਹੀਂ ਲਗਾਵਾਂਗੇ ਪਰ ਸੁਰ ਚ ਤੇ ਗਾਵਾਂਗੇ ਤੁਸੀਂ ਇਹ ਸਾਰਾ ਕੁਝ ਸਿੱਖਿਆ ਹਾਂਜੀ ਮੈਂ ਕਿੱਥੋਂ ਸਟਾਰਟ ਕੀਤੀ ਮੈਂ 뮤జిక్ ਚ ਬੀਏ ਕੀਤੀ ਸੀ ਪਰ ਉਸ ਵੇਲੇ ਮੇਰੀ ਸਟੇਜਾਂ ਤੇ ਗਾਉਂਦੀ ਮਤਲਬ ਕਿ ਨਹੀਂ ਸੀ ਮੇਰੀ ਸੋਚ ਸੀ ਕਿ ਕਿਸੇ ਸਕੂਲ ਚ ਟੀਚਰ ਲੱਗ ਜਾਾਂਗੇ ਔਰ ਲੇਕਿਨ ਮੈਂ ਹੋਰ ਬੜੇ ਉਸਤਾਦਾਂ ਕੋਲੋਂ ਸੰਗੀਤ ਸਿੱਖਿਆ ਸਭ ਤੋਂ ਪਹਿਲੇ ਮੈਂ ਮਾਸਟਰ ਮਨੋਰ ਲਾਲ ਜੀ ਸੀ ਜਿਨ੍ਹਾਂ ਨੇ ਮੈਨੂੰ ਸ਼ੁਰੂ ਤੋਂ 4-5 ਸਾਲ ਦੇ ਸੀ ਮੇਰੇ ਰਿਸ਼ਤੇਦਾਰਾਂ ਦੇ ਘਰੋਂ ਹੀ ਮੈਨੂੰ ਉਹਨਾਂ ਨੇ ਪੇਟ ਗਾਈ ਸੀ ਮਾਤਾ ਦੀ ਤੋਂ ਉੱਤੋਂ ਹੀ ਮੈਨੂੰ ਪਸੰਦ ਕਰਕੇ ਤੇ ਉਹਨਾਂ ਨੇ ਮੈਨੇ ਸਟੇਜ ਤੇ ਇੱਕੋ ਹੀ ਪੇਟ ਗਾਉਂਦੀ ਸੀ ਉਸਤਾਦ ਜੀ ਨੇ ਮੈਨੂੰ ਫਿਰ ਸਿਖਾਇਆ ਕੀਤਾ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਫਿਰ ਮੈਂ ਗਾਣਾ ਛੱਡਤਾ ਔਰ ਫਿਰ ਮੈਂ ਹੋਰ ਅੱਛੇ ਥੇ ਉਸਤਾਦਾਂ ਕੋਲ ਸੰਗੀਤ ਦੀ تعلیم ਲਈਤੀ ਕਿ ਥੋੜੀ ਬਹੁਤ تعلیم ਜ਼ਰੂਰ ਹੋਣ ਜਾਏ ਕਿਉਂਕਿ ਮੇਰਾ ਖਾਨਦਾਨ ਜਿਹੜਾ ਹੈ ਨਾ ਉਹ ਮਤਲਬ ਕਿ ਕੋਈ ਸੰਗੀਤਕਾਰਾਂ ਦਾ ਖਾਨਦਾਨੀ ਹੈ ਮੇਰੇ ਖਾਨਦਾਨ ਚ ਕੋਈ ਕਲਾਕਾਰ ਨਹੀਂ ਹੈ ਸਿਰ ਮੈਂ ਇੱਕ ਸ਼ੌਂਕੀਆ ਕਲਾਕਾਰ ਸੀ ਖਾਨਦਾਨ ਤੁਹਾਡਾ ਇੱਕ ਪਰਿਵਾਰ ਜਿਹੜਾ ਵਾ ਕੁਝ ਸਾਨੂੰ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਪਿਛੋਕੜ ਕਿਸ ਤਰ੍ਹਾਂ ਦਾ ਤੁਹਾਡਾ ਅਸੀਂ ਸੁਨਿਆਰੇ ਆ ਔਰ ਅਸੀਂ Rajasthan ਤੋਂ ਆ Rajasthan ਚ ਸਾਡੇ ਜਿਹੜੇ ਐਸ ਪਹਿਲੇ ਅਸੀਂ ਆਲੂ ਵਲ ਕਟੇ ਰਹਿੰਦੇ ਸੀ ਸਾਨੂੰ ਉੱਥੋਂ ਦੇ ਕਈ ਜਿਹੜੇ ਪ੍ਰੋਹਤ ਹੁੰਦੇ ਆ ਉਹਨਾਂ ਨੇ ਕਿਹਾ ਕਿ ਤੁਸੀਂ ਰਬ ਮਹਾਰਾਜਾ ਰਣਜੀਤ ਸਿੰਘ ਦੇ ਵਸਾਏ ਹੋਏ ਸੁਨਿਆਰਿਓ ਰਾਜਸਥਾਨੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਵਪਾਰੀਆਂ ਨੂੰ ਇੱਥੇ ਅੰਮ੍ਰਿਤਸਰ ਲਿਆਂਦਾ ਕਿ ਸਾਡਾ ਅੰਮ੍ਰਿਤਸਰ ਡਵਲਪ ਹੋਵੇ ਅਸੀਂ ਉਹ ਸੁਨਿਆਰਿਆਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਸਾਏ ਹੋਏ ਅੰਮ੍ਰਿਤਸਰ ਦੇ ਵਿੱਚ ਰਾਜਸਥਾਨ ਤੋਂ ਲਿਆਏ ਹੋਏ ਵਪਾਰੀ ਆ ਤੇ ਅੰਬਕਾ ਜੀ ਜਿਹੜਾ ਰਾਜਸਥਾਨੀ ਰਾਜਸਥਾਨੀ ਬੋਲੀ ਦੇ ਵਿੱਚ ਤਾਂ ਆਪਣੇ ਪੰਜਾਬ ਦੀ ਬੋਲੀ 'ਚ ਫਰਕ ਕਿੰਨਾ ਕੁ ਫਰਕ ਆ ਬਹੁਤ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਕਿਉਂਕਿ ਹਰ ਲੈਂਗੁਏਜ ਦੀ ਇੱਕ ਟੋਨ ਹੁੰਦੀ ਲੱਗ ਸਟਾਈਲ ਹੁੰਦਾ ਹੈ ਤੇ ਮੈਨੂੰ ਤੇ ਪੰਜਾਬੀ ਵੀ ਗੰਨ ਦੇ 25 ਸਾਲ ਹੋਏ ਪਹਿਲੇ ਮੈਂ ਪੰਜਾਬੀ ਬਿਲਕੁਲ ਨਹੀਂ ਗਾਈ 25 ਸਾਲਾਂ ਤੋਂ ਹੀ ਮੈਂ ਬਹੁਤ ਮੁਸ਼ਕਲ ਪੰਜਾਬੀ ਮੈਨੂੰ ਇੰਨੀ ਕਿ ਮੁਸ਼ਕਲ ਲੱਗਦੀ ਸੀ ਕਿਉਂਕਿ ਮੇਰੀ ਟੰਗ ਨਹੀਂ ਸੀ ਅਸੀਂ ਘਰ 'ਚ ਹੀ ਹਿੰਦੀ ਜਾਂ ਰਾਜਸਥਾਨੀ ਬੋਲਦੇ ਐ ਔਰ ਬਾਹਰ ਜਿਹੜਾ ਸਾਡਾ ਏਰੀਆ ਸੀ ਉਹ ਵੀ ਸਾਰੇ ਰਾਜਸਥਾਨੀ ਸੀ ਅਲੋਲਾ ਕਟਰਾ ਤੇ ਇਸ ਲਈ ਪੰਜਾਬੀ ਬੋਲਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਮੈਨੂੰ ਮੈਂ ਆਮ ਪੰਜਾਬੀ ਬੋਲੀ ਬੋਲ ਲੈਂਦੀ ਸੀ ਪਰ ਗਾਇਕੀ ਬਹੁਤ ਮੁਸ਼ਕਲ ਸੀ ਜਿਵੇਂ ਮੈਂ ਬੜੀ ਕੋਸ਼ਿਸ਼ ਕਰਕੇ ਪੰਜਾਬੀ ਸਿੱਖਿਆ ਪੰਜਾਬੀ ਗਾ ਰਹੀਆਂ ਹੁਣ ਕੋਈ ਨਹੀਂ ਕਹਿ ਸਕਦਾ ਕਿ ਮੈਂ ਪੰਜਾਬੀ ਨਹੀਂ ਆ ਤੇ ਪੰਜਾਬੀ ਜਿਸ ਤਰ੍ਹਾਂ ਤੁਸੀਂ ਸਟੇਜਾਂ ਤੇ ਨਵਾਂ ਨਵਾਂ ਜਿਸ ਤਰ੍ਹਾਂ ਬੰਦੇ ਨੂੰ ਰਾਜਸਥਾਨੀ ਤੋਂ ਇੱਕਦਮ ਪੰਜਾਬੀ ਇੱਥੇ ਪੰਜਾਬ ਦੀ ਸਟੇਜ ਮਿਲੀ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਕੋਈ ਯਾਦਗਾਰੀ ਸਟੇਜ ਹੋਵੇ ਜਿਹੜੀ ਤੁਹਾਡੀ ਇੱਕ ਉਹ ਨਾ ਭੁੱਲਣ ਵਾਲੀ ਸਟੇਜ ਹੋਵੇ ਕੋਈ ਇਸ ਤਰ੍ਹਾਂ ਦਾ ਹੈ ਕੋਈ ਟਾਈਮ ਆਇਆ ਇਸ ਤਰ੍ਹਾਂ ਦਾ ਨਾ ਭੁਲਣ ਲਈ ਕਈ ਸਟੇਜਾਂ ਹੈ ਜੀ ਅ ਜਿਸ ਤਰ੍ਹਾਂ ਕਿ ਲੋਕਾਂ ਦੇ ਕੇ ਪਿਆਰ ਦੀ ਗੱਲ ਕਰੀਏ ਮੈਂ ਪਿਆਰ ਦੀ ਗੱਲ ਕਰਨ ਲੱਗੀ ਆ ਇੱਕ ਵਾਰ ਸ਼੍ਰੀ ਗੰਗਾ ਨਗਰ ਚ ਜਾਗਰਨ ਸੀ ਔਰ ਜਾਗਰਨ ਨਾਮ ਵਾਲੇ ਦੇ ਗੰਗਾ ਨਗਰ ਕਿਸੇ ਨੇ ਬੁੱਕ ਕੀਤਾ ਮੇਰੇ ਲਈ ਜੇ ਮੇਰੇ ਨਾਮ ਸੀ ਉਹਨਾਂ ਨੇ ਮੇਰੇ ਤੱਕ ਨਹੀਂ ਪਹੁੰਚਾਈ ਗੱਲ ਔਰ ਮੈਂ ਜਲੰਧਰ ਜਗਰਾਤਾ ਬੁੱਕ ਕਰ ਲਿਆ ਸੀ ਔਰ ਹੁਣ ਜਿੱਥੇ ਬੁਕਿੰਗ ਹੁੰਦੀ ਉੱਥੇ ਜਾਣਾ ਪੈਂਦਾ ਪਰ Rajasthan ਜਿਨ੍ਹਾਂ ਨੇ ਮੇਰਾ ਜਗਰਾਤਾ ਸੁਣਿਆ ਇਹ ਮੁੰਡਿਆਂ ਨੇ ਜਿਹੜੇ ਜਾਗਰਨ ਜਿਸਾ ਕਲਬ ਬਣੀ ਹੁੰਦੀ ਹੈ ਉਹਨਾਂ ਨੇ ਕਿਹਾ ਅੰਬਿਕਾ ਸੋਨੀ ਹੀ ਆਣੀ ਚਾਹੀਦੀ ਸੀ ਉਹਨੂੰ ਹੀ ਸੁਣਨਾ ਪਰ ਮੈਂ ਜਲੰਧਰ ਬੁੱਕ ਸੀ ਲੈਕ ਫਿਰ ਉਹਨਾਂ ਨਾਲ ਗੱਲ ਵੀ ਹੋਈ ਕਿ ਦੇਖੋ ਜੀ ਮੈਂ ਮਤਲਬ ਕਿ ਜਦੋਂ ਕਿ ਮੇਰੇ ਕੋਲ ਐਡਵਾਂਸ ਹੀ ਨਹੀਂ ਆਇਆ ਮੈਂ ਕਿਹਵੀਂ ਜਗਰਾਤਾ ਕਰ ਸਕਦੀ ਆ ਤਾਂ ਉਹਨਾਂ ਨੇ ਕਿਹਾ ਕਿ ਮੈਡਮ ਜੀ ਕਰਨੀ ਪੈਣੀ ਮੁੰਡੇ ਇੱਕ ਦੋ ਮੁੰਡੇ ਤੇ ਐਸੇ ਸੀ ਉਹ ਕਹਿੰਦੇ ਅਗਰ ਅੰਬਿਕਾ ਸੋਨਿਆ ਐਸੀ ਜਗਰਾਤਾ ਕਰਨੀ ਨਹੀਂ ਆਏਗੀ ਤੇ ਅਸੀਂ ਆਪਣੇ ਆਪ ਨੂੰ ਅਗ ਲਾ ਕੇ ਮਾਰ ਲਾਂਗੇ ਮਰ ਜਾਣਗੇ ਮੈਂ ਬਹੁਤ ਪ੍ਰੇਸ਼ਾਨ ਸੀ ਕਿਉਂਕਿ ਮੈਂ ਗੱਲ ਪੈਸੇ ਦੀ ਨਹੀਂ ਹੁੰਦੀ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਵੀ ਹੁੰਦੀ ਹੈ ਮੈਂ ਬਹੁਤ ਪ੍ਰੇਸ਼ਾਨ ਸੀ ਮੈਂ ਜਲੰਧਰ ਵਾਲਿਆਂ ਨਾਲ ਗੱਲ ਕੀਤੀ ਜਲੰਧਰ ਵਾਲਿਆਂ ਨੇ ਕਿਹਾ ਕਿ ਮੈਡਮ ਜੀ ਅਸੀਂ ਵੀ ਤੁਹਾਡੇ ਇਸ ਇਰਚ ਪਾਏ ਆ ਪੋਸਟਰ ਚ ਪਏ ਐਡ ਕੀਤੀ ਹੈ ਮੈਂ ਕਿਹਾ ਮੈਂ ਤੁਹਾਨੂੰ ਗਰੁੱਪ ਭੇਜ ਦਿੰਨੀ ਆ ਇੱਥੋਂ ਰੱਖ ਕੇ ਫ੍ਰੀ ਗਰੁੱਪੇ ਚਾਂਗੇ ਠੀਕ ਹੈ ਪਰ ਮੈਂ ਰਾਜਸਥਾਨ ਇਹ ਮੇਰੀ ਪ੍ਰੋਬਲਮ ਹੈ ਮੈਂ ਆਪਣਾ ਗਰੁੱਪ ਵੀ ਉੱਥੇ ਭੇਜਿਆ ਦੂਸਰਾ ਗਰੁੱਪ ਲੈ ਕੇ ਮੈਂ ਰਾਜਸਥਾਨ ਗੀਜਗਰਾਤਾ ਕੀਤਾ ਤੇ ਉਹਨਾਂ ਲੋਕਾਂ ਨੇ ਮੇਰੇ ਇੰਨਾ ਕਿ ਇੱਜ਼ਤ ਮਾਨ ਕੀਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉੱਥੋਂ ਮੈਂ ਕਮਾਇਆ ਨਹੀਂ ਕੁਛ ਕਿਉਂਕਿ ਮੈਨੂੰ ਇੱਥੇ ਜਿਹੜਾ ਗਰੁੱਪ ਭੇਜਿਆ ਉਹਨੂੰ ਵੀ ਪੇਮੈਂਟ ਦੇਣੀ ਪਈ ਸੀ ਪਰ ਬੜੀ ਜਿਹੜਾ ਸੁਣ ਲੈਂਦਾ ਨਾ ਉਹ ਤਾਂ ਬਹੁਤ ਚੰਗਾ ਹੈ ਕਿਉਂਕਿ ਅਸੀਂ ਇੱਕ 스테ਜ ਤੋਂ ਦੂਸਰੀ 스테ਜ ਦੂਸਰੀ 스테ਜ ਤੀਸਰੀ 스테ਜ ਇੱਕ ਤੋਂ 3 ਪ੍ਰੋਗਰਾਮ ਬੁੱਕ ਕਰਨੇ 3 ਤੋਂ 6 ਪ੍ਰੋਗਰਾਮ ਬੁੱਕ ਕਰਨੇ ਐਸੇ ਸਾਡੀ ਐਡ ਚੱਲਦੀ ਰਹੀ ਤੇ ਕਈ ਕਸਟਮਰ ਇਸੇ ਕੀਤੀਆਂ ਸੀੜੀਆਂ ਟੇਪਾਂ ਸਭ ਕੁਝ ਕੀਤੀਆਂ ਥੋੜੀ ਬਹੁਤ ਚਲੋ ਮਸ਼ਹੂਰੀ ਹੋਈ ਉਹਦੇ ਨਾਲ ਵੀ ਔਰ ਬਸ ਇਹ ਕਿ ਕਿਸੇ ਨੂੰ ਸਾਥ ਨਹੀਂ ਮਿਲਿਆ ਕਿਉਂਕਿ ਪਰਿਵਾਰ ਸਾਡਾ ਇਸ ਲਾਈਨ ਚ ਦੱਸ ਹੀ ਨਹੀਂ ਉਹ ਪਸੰਦ ਨਹੀਂ ਸੀ ਕਰਦਾ ਤੇ ਮੈਂ ਆਪਣੇ ਸ਼ੌਂਕ ਨਾਲ ਹੀ ਥੋੜਾ ਬਹੁਤ ਚਲਦੇ ਨੇਰੇ ਜੀ ਚੱਲਦੀ ਗਈ ਤੇ ਅੰਮ੍ਰਿਤਾ ਜੀ ਇੱਕ ਚੀਜ਼ ਐ ਤੁਹਾਨੂੰ ਮੈਂ ਦੇਖਿਆ ਕਾਫੀ ਦੇਰ ਪਹਿਲੇ ਸਾਲਾਂ ਦੀ ਗੱਲ ਐ ਤੁਹਾਨੂੰ ਇੱਕ ਅਵਾਰਡ ਮਿਲਿਆ ਸੀਗਾ ਅਸੀਂ ਚਾਹਾਂਗੇ ਕਿ ਉਹ ਵੀ ਅਵਾਰਡ ਜ਼ਰੂਰ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕਰੋ ਡੈਨਿਕ ਜਾਗਰਮ ਵਾਲਿਆਂ ਨੇ ਇੱਕ ਬੜਾ ਤਗੜਾ ਇਵੈਂਟ ਕਰਾਇਆ ਸੀ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਕਲਾਕਾਰ ਚੁਣਨੇ ਸੀ ਹਰ ਸ਼ਹਿਰ ਤੋਂ ਇੱਕ ਤੇ ਉਹਨਾਂ ਨੇ ਅੰਮ੍ਰਿਤਸਰ ਵਿੱਚ ਸੀ ਮੈਡਮ ਗੁਰਮੀਤ ਬਾਵਾ ਲਖਵਿੰਦਰ ਵੜਾਲੀ ਔਰ ਮੈਂ ਕਾਫੀ ਕਲਾਕਾਰਾਂ ਦਾ ਸਾਨੂੰ ਸੁਣਿਆ ਗਿਆ ਸੀ ਪਰ ਮੈਡਮ ਗੁਰਮੀਤ ਬਾਵਾ ਨੇ ਉਸ ਵੇਲੇ ਵਾਪਸ ਲੈ ਕੇ ਕਹਿੰਦੇ ਕਿ ਨਹੀਂ ਮੈਂ ਇਹਨਾਂ ਨਾਲ ਕੰਪੀਟੀਸ਼ਨ ਨਹੀਂ ਕਰਨਾ ਇਹ ਬੱਚੇ ਨੇ ਸਾਡੇ ਤੇ ਫਿਰ ਕੋਈ ਹੋਰ ਪਤਾ ਨਹੀਂ ਕਿਹੜੀ ਇੱਕ ਲੜਕੀ ਸੀ ਤੇ ਕੰਪੀਟੀਸ਼ਨ ਹੋਇਆ ਸੀ ਤੇ ਉਹਦੇ ਚ ਅਮਰਸਰੋਂ ਮੈਨੂੰ ਨੰਬਰ 1 ਸਿੰਗਰ ਦਾ ਅਵਾਰਡ ਮਿਲਿਆ ਸੀ ਜਦੋਂ ਕਿ ਮੇਰੇ ਕੰਪੀਟੀਟਰ ਐਨੇ ਕ ਤਗੜੇ ਸੀ ਕਿ ਮੈਂ ਉਹਨਾਂ ਤੋਂ ਮਤਲਬ ਆਪਣੇ ਆਪ ਨੂੰ ਸਮਝ ਲਈ ਕਿ ਮੈਂ ਇਹਨਾਂ ਦੇ ਸਾਹਮਣੇ ਕੁਝ ਨਹੀਂ ਲਖਵਿੰਦਰ ਵੜਾਲੀ ਕਿੰਨਾ ਉਹਨਾਂ ਦਾ ਨਾਮ ਹੈ ਵਰਡ ਫੇਮਸ ਲੋਕ ਨੇ ਔਰ ਜਲੰਧਰ ਤੋਂ ਸਲੀਮ ਔਰ ਲੁਧਿਆਣੇ ਤੋਂ ਸੁਰਿੰਦਰ ਚੰਦਾ ਜੀ ਇਸ ਤਰ੍ਹਾਂ ਅਲੱਗ-ਅਲੱਗ ਪੂਰੇ ਪੰਜਾਬ ਵਿੱਚ ਅਲੱਗ-ਅਲੱਗ ਸ਼ਹਿਰਾਂ 'ਚ ਅਲੱਗ-ਅਲੱਗ ਸਿੰਗਰ ਸੁਨੇ ਗਏ ਸੀ ਹਮਕਾ ਜੀ ਪਹਿਲੇ ਦੇਖਦੇ ਸੀ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਫੀ ਤਾਲੀਮ ਹਾਸਲ ਕੀਤੀ ਹੈ ਸੰਗੀਤ ਦੀ ਪਹਿਲਾਂ ਲੋਕ ਪਹਿਲਾਂ ਸਿੱਖਦੇ ਸੀਗੇ ਉਸਤਾਦਾਂ ਕੋਲੋਂ ਫਿਰ ਗਾਉਂਦੇ ਸਨ ਹੁਣ ਵੀ ਇਸ ਤਰ੍ਹਾਂ ਹੀ ਆ ਕਿ ਲੋਕ ਹੁਣ ਜਿਹੜੇ ਅੱਜ ਕੱਲ ਦੇ ਸਿੰਗਰ ਆ ਪਹਿਲਾਂ ਗਾਉਂਦੇ ਆ ਤੇ ਫਿਰ ਸਿੱਖਦੇ ਕੋਈ ਇਸ ਤਰ੍ਹਾਂ ਦਾ ਵੀ ਹੈ ਦੇਖੋ ਜੀ ਜਿਹੜੇ ਪਹਿਲੇ ਗਾ ਕੇ ਸਿੱਖ ਲਣ ਉਹ ਵੀ ਬਹੁਤ ਵਧੀਆ ਕਿਉਂਕਿ ਇਹ ਹੁੰਦੀ ਹੈ ਕਿ ਆਪਣੀ ਕਮੀ ਨਿਕਾਲ ਲਈ ਕਈ ਵਾਰ ਕੀ ਹੁੰਦਾ ਕਿ ਪਰਮਾਤਮਾ ਨੇ ਦੇਖੋ ਸਭ ਨੂੰ ਸਭ ਕੁਝ ਦਿੱਤਾ ਹੁੰਦਾ ਹੈ ਸੰਗੀਤ ਸਾਰਿਆਂ ਦੇ ਅੰਦਰ ਹੈ ਕੱਢਣਾ ਪੈਂਦਾ ਬਾਹਰ ਕਿ ਕਈ ਲੋਕੀ ਕੀ ਕਰਦੇ 8-10 ਗੀਤ ਗਾ ਲੈਂਦੇ ਆ ਸਾਰੇ ਉਹਦੇ ਨਾਲ ਦੇ ਰਿਸ਼ਤੇਦਾਰ ਫਰੈਂਡ ਸਰਕਲ ਤਾਰੀਫ ਕਰਦੇ ਆ ਤੂੰ ਬਹੁਤ ਅੱਛਾ ਗਾਉਂਦਾ ਹੈ ਤੂੰ ਬਹੁਤ ਅੱਛਾ ਗਾਉਂਦੀ ਹੈ ਉਹ ਕੀ ਕਰਦੇ ਸਿੰਗਰ ਬਣ ਜਾਂਦੇ ਆ ਉਹ ਹੁੰਦੇ ਰੋਟੀ ਸਿੰਗਰ ਸਿਰ ਰੋਟੀ ਰੋਜੀ ਕਮਾਉਣ ਵਾਸਤੇ ਕਿ ਸੁਰ ਚ ਗਾਣ ਬਸੁਰਾ ਗਾਣ ਉਹਨਾਂ ਦਾ ਸਟਾਈਲ ਬਸ ਸਿਖ ਲੈਣਾ ਕੱਪੜਿਆਂ ਦਾ ਸਟਾਈਲ ਬਣਾ ਲੈਣਾ ਬਾਕੀ ਜਿਹੜਾ ਸੰਗੀਤ ਦਾ ਸੈਲ ਉਹਨਾਂ ਚ ਨਹੀਂ ਹੁੰਦਾ ਮਸੂਰਾ ਗਈ ਜਨ ਕੇ ਗਈ ਜਨ ਕੇ ਮਰੀ ਜਨ ਕੇ ਚਿੱਕਾ ਆਪਣੀ ਤਾਰੀਫ ਕਰੀ ਜਾਣਗੇ ਦੋਸਰ ਉਹਨਾਂ ਨੇ ਤਾਰੀਫ ਕਰਨ ਵਾਲੇ ਵੀ ਰੱਖੇ ਹੁੰਦੇ ਨੇ ਤੇ ਇਹ ਗਾਇਕੀ ਦੇ ਨਾਲ ਕੀ ਹੈ ਕਿ ਲੋਕ ਬਿਮਾਰ ਹੋਣਗੇ ਅੱਛਾ ਜੀ ਕਿਉਂਕਿ ਸੰਗੀਤ ਹੈ ਨਾ ਸੰਗੀਤ ਇੱਕ ਬੜੀ ਵੱਡੀ ਦੁਆ ਹੈ ਇਹ ਪਰਮਾਤਮਾ ਦੀ ਦੇਣ ਹੈ ਇਹ ਪਰਮਾਤਮਾ ਦੀ ਦੇਣ ਹੈ ਜਿਹਦੇ ਨਾਲ ਕਿ ਇਨਸਾਨ ਅਗਰ ਸੰਗੀਤ ਨੂੰ ਸਹੀ ਸੁਨੇਗਾ ਉਹਨੂੰ ਸਕੂਨ ਮਿਲਦਾ ਇਹ ਤੇ ਤੁਹਾਨੂੰ ਪਤਾ ਹੈ ਸੰਗੀਤ ਸਕੂਨ ਹੈ ਤੇ ਜਦੋਂ ਸਕੂਨ ਨਹੀਂ ਮਿਲੇਗਾ ਤੇ ਦਿਮਾਗ ਦੀ ਨਾਲਾਂ ਉਲਟੇ ਜਾਣ ਗਈਆਂ ਬੰਦਾ ਬਿਮਾਰ ਹੀ ਹੋਏਗਾ ਤੁਸੀਂ ਜਾਗਰਨ ਕਰਦੇ ਹੋ ਪਛੋਕਰ ਜਿਹੜਾ ਰਾਜਸਥਾਨੀ ਆ ਲੋਕ ਪੰਜਾਬ ਚ ਇਸ ਵੇਲੇ ਤੁਸੀਂ ਅੰਮ੍ਰਿਤਸਰ ਜੀ ਸ਼ਹਿਰ ਉਹਦੇ ਵਿੱਚ ਤੁਸੀਂ ਵਸਨੀਕ ਹੋ ਦੇ ਤੇ ਕਦੀ ਇਸ ਤਰ੍ਹਾਂ ਹੋਇਆ ਕਿ ਰਾਜਸਥਾਨੀ ਬੰਦੇ ਨੂੰ ਪੰਜਾਬੀ ਗਾਉਣ ਦੇ ਵਿੱਚ ਜਾਂ ਸਟੇਜਾਂ ਤੇ ਤੁਸੀਂ ਜਦੋਂ ਪੰਜਾਬੀ ਬੋਲਦੇ ਹੋ ਤਾਂ ਮੁਸ਼ਕਲ ਨਹੀਂ ਆਉਂਦੀ ਜਿਦ ਤਰ੍ਹਾਂ ਭਜਨ ਪੇਟਾਂ ਬੋਲਦੇ ਹੋ ਤੁਸੀਂ ਨਹੀਂ ਮੈਨੂੰ ਮੁਸ਼ਕਲ ਨਹੀਂ ਆਉਂਦੀ ਪਹਿਲੇ ਹੁੰਦੇ ਸੀ ਪਹਿਲੇ ਬਹੁਤ ਮੁਸ਼ਕਲ ਆਉਂਦੀ ਸੀ ਜਦੋਂ ਪੰਜਾਬੀ ਗਾਣਾ ਕਿਸੇ ਦਾ ਵੀ ਮੈਂ ਗੰਦੀ ਸੀ ਨਾ ਜਿਸ ਤਰ੍ਹਾਂ ਕੋਈ ਵੀ ਗਾਣਾ ਫੋਕ Song ਪੰਜਾਬੀ ਚੁੱਕਦੀ ਤੇ ਮੈਨੂੰ ਉਹਨੂੰ ਇੱਕ ਇੱਕ ਮਿੰਨਾ ਸਿਰਫ ਲਫਾ ਚੜਾਣ ਲੱਗਿਆ ਔਰ ਉਹਦੀ ਜੋ ਕੰਪੋਜੀਸ਼ਨ ਆ ਉਹਨੂੰ ਚੜਾਣ ਲੱਗਿਆ ਲੱਜਾਂਦੀ ਹਿੰਦੀ ਗਾਣਾ ਤੇ ਮੈਂ 5 ਮਿੰਟ ਸੁਣਦੀ ਹੀ ਤੇ ਕਰ ਲੈਂਦੀ ਹੀ ਔਰ ਰਾਜਸਥਾਨੀ ਜਿਹੜਾ ਫੋਕ ਉਹ ਵੀ ਮੈਂ ਆਪਣੇ ਰਾਜਸਥਾਨ ਜਿਹੜੀ ਇੱਥੇ ਵੀ ਕਈ ਪ੍ਰੋਗਰਾਮ ਹੁੰਦੇ ਨੇ ਰਾਜਸਥਾਨੀ ਤੋਂਨਾਂ ਚੀਜ਼ ਮੈਂ ਕਰਨੀ ਆ ਕੋਈ ਜਿਸ ਤਰ੍ਹਾਂ ਰਾਜਸਥਾਨੀ ਮਾਰਵਾੜੀ ਨੂੰ ਕਹਿੰਦੇ ਹਾਂ ਹਾਂਜੀ ਮਾਰਵਾੜੀ ਮਾਰਵਾੜੀ ਲੋਕ ਅਸੀਂ ਚਾਹਾਂਗੇ ਕਿ ਜਿਸ ਤਰ੍ਹਾਂ ਪਸ਼ੋਕਰ ਥੜਾ ਮਾਰ ਮਾਰਵਾੜੀ ਸੀਗਾ ਤੇ ਸਾਡੇ ਦਰਸ਼ਕਾਂ ਨੂੰ ਕੋਈ ਮਾਰਵਾੜੀ ਚ ਸੁਣਾਓਗੇ ਕੁਝ ਹਾਂਜੀ ਹਾਂਜੀ ਮੈਂ ਤੁਹਾਨੂੰ ਫੋਕਸ ਸੁਣਾਣੀ ਆ ਕਿ ਸ਼ਹਿਰੀਆ ਬਾਲਮ ਆਵੋਨੀ ਪਧਾਰੋ ਜਿਮਾਰੇ ਦੇਸ ਦੇਸ ਜੀ ਪਧਾਰੋ ਜਿਮਾਰੇ ਦੇਸ केशरिया बलम वाह जी वाह बहुत बढ़िया ਤੇ ਅੰਮਕਾ ਜੀ ਜਦੋਂ ਪੰਜਾਬੀ ਗਾਉਂਦੇ ਹੋ ਤਾਂ ਪੰਜਾਬੀ ਗਾਉਣ ਚ ਕਦੀ ਮੁਸ਼ਕਲ ਨਹੀਂ ਆਈ ਜਦੋਂ ਜਿਤਨਾ ਤੁਸੀਂ ਨਵਾਂ ਨਵਾਂ ਕਹਿ ਰਹੇ ਹੋ ਸਟੇਜਾਂ ਤੇ ਗਾਉਂਦੇ ਹਾਂ ਪਹਿਲੇ ਪਹਿਲੇ ਤਾਂ ਬਹੁਤ ਮੁਸ਼ਕਲ ਆਈ ਕਿਉਂਕਿ ਪੰਜਾਬੀ ਲਫ਼ਜ਼ ਚੜਦੇ ਹੀ ਨਹੀਂ ਸੀ ਮੈਂ ਮਤਲਬ ਕਿ ਪੰਜਾਬੀ ਮੈਂ ਸਲੋਲੀ ਸਲੋਲੀ ਬੋਲ ਸਕਦੀ ਸੀ ਪਰ ਫਾਸਟ ਫਾਸਟ ਬੋਲਣਾ ਮੇਰੇ ਲਈ ਬੜੀ ਮੁਸ਼ਕਲ ਸੀ ਤੇ ਲੇਕਿਨ ਹੁਣ ਮੈਂ ਕਿਸੇ ਤਰ੍ਹਾਂ ਦੇ ਪੰਜਾਬੀ ਹੋਵੇ ਮੈਨੂੰ ਕੋਈ ਮੁਸ਼ਕਲ ਨਹੀਂ ਅਮਕਾ ਜੀ ਗਾਇਕੀ ਦੇ ਨਾਲ-ਨਾਲ ਤੁਸੀਂ ਹੋਰ ਵੀ ਆਪਣਾ ਕੋਈ ਕਿੱਤਾ ਰੱਖਿਆ ਹੈ ਜੀ ਮੇਰੀ ਸ਼ੁਰੂਆਤ ਮੇ ਬੁਟੀਕ ਤੋਂ ਹੀ ਕੀਤੀ ਸੀ ਮੇਰੇ ਓਖੇ ਦਿਨਾਂ ਦੀ ਤੇ ਸਿਲਾਈ ਕਢਾਈ 'ਚ ਮੈਂ ਪਰਫੈਕਟ ਸੀ ਹਰ ਤਰ੍ਹਾਂ ਦੀ ਕਢਾਈ ਹਰ ਤਰ੍ਹਾਂ ਦੀ ਸਿਲਾਈ ਕਿਸੇ ਤਰ੍ਹਾਂ ਦਾ ਸੂਟ ਹੋਵੇ ਡਰੈਸ ਹੋਵੇ ਮਾਡਲ ਤੱਕ ਦੀ ਡੈਸਾਂ ਮੈਂ ਖੁਦ ਡਿਜ਼ਾਈਨਰ ਸੀ ਔਰ ਇਸ ਕੰਮ 'ਚ ਮੇਰਾ ਬੇਟੀ ਨੇ ਮੇਰਾ ਬੜਾ ਸਾਥ ਦਿੱਤਾ ਔਰ ਮੇਰੀ ਬੇਟੀ ਮੇਰੀ ਗਾਇਕੀ ਚ ਵੀ ਉਹ ਸਾਥ ਦਿੰਦੀ ਉਹ ਮੈਨੂੰ ਹਮੇਸ਼ਾ ਕਹਿੰਦੀ ਮਮਾ ਇੰਜ ਕਰੋ ਮਮਾ ਇੰਜ ਕਰੋ ਮਮਾ ਇੰਜ ਕਰੋ ਔਰ ਕਰ ਰਹੀ ਹਾਂ ਮੈਂ ਕਿਉਂਕਿ ਕਾਫੀ ਪੈਸਾ ਔਰ ਵਕਤ ਤੇ ਗੁਆਇਆ ਲਿਆ ਲੇਕਿਨ ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਕੋਈ ਅੱਛਾ ਪ੍ਰੋਜੈਕਟ ਮਾਰਕੀਟਿੰਗ ਦਾ ਪ੍ਰੋਜੈਕਟ ਹੁਣ ਵੀ ਮੇਰੇ ਆਏ ਦੋ ਤਿੰਨ ਨਵੇਂ ਲੇਕਿਨ ਕੋਈ ਅੱਛਾ ਪ੍ਰੋਜੈਕਟ ਮੈਂ ਦੇਣਾ ਚਾਹੁੰਦੀ ਹਾਂ ਦਵਾਂਗੀ ਔਰ ਮੇਰੀ ਇਹ ਹੀ ਸੋਚ ਹੈ ਕਿ ਪ੍ਰਮਾਤਮਾ ਇੱਕ ਵਾਰੀ ਸਾਨੂੰ ਸਾਥ ਇਕ ਵਾਰੀ ਮੌਕਾ ਜ਼ਰੂਰ ਦਵੇ ਕਿ ਜੋ ਕਿ ਸੀ ਲੋਗਾ ਨੂੰ ਉਹਨਾਂ ਦੇ ਮੁਤਾਬਕ ਗਾਇਕੀ ਔਰ ਉਹਨਾਂ ਦੇ ਮੁਤਾਬਕ ਇਨਟਰੇਨ ਕਰ ਸਕੀ ਹੈ ਅੰਮਕਾ ਜੀ ਦੇਖਿਆ ਕਿ ਜਿਹੜੇ ਪਹਿਲੇ ਸਿੰਗਰ ਸਨ ਉਹ ਪਹਿਲੇ ਉਸਤਾਦਾਂ ਕੋਲੋਂ ਸਿੱਖਦੇ ਸਨ ਤਾਂ ਫਿਰ ਗਾਉਂਦੇ ਸਨ ਤਾਂ ਹੁਣ ਜਿਹੜੇ ਅੱਜ ਕੱਲ ਸਿੰਗਰ ਆ ਜਿਆਦਾ ਤਕਰੀਬਨ ਮੈਂ ਕਿਸੇ ਨੂੰ ਟਿੱਪਣੀ ਨਹੀਂ ਕਰਦਾ ਉਹ ਪਹਿਲਾਂ ਗਾਉਂਦੇ ਨੇ ਤਾਂ ਫਿਰ ਸਿੱਖਣਾ ਠੀਕ ਸਮਝ ਦੇਣਾ ਲੋੜ ਪੈਂਦੀ ਸਿੱਖਦੇ ਨਹੀਂ ਕਿ ਉਹਨਾਂ ਚ ਤੇ ਪਹਿਲੇ ਜਿਹੜੇ ਸਿੱਖੇ ਸਿੰਗਰਾਂ ਚ ਕੀ ਫਰਕ ਸੀਗਾ ਦਿੱਕੋ ਜਿਹੜਾ ਸਿੱਖ ਜਾਂਦਾ ਹੈ ਸਿੱਖ ਕੋਈ ਵੀ ਕੰਮ ਹੈ ਸਿੱਖ ਕੇ ਕੀਤਾ ਜਾਵੇ ਉਹ ਹੀ ਕਾਮਯਾਬ ਹੁੰਦਾ ਹੈ ਨਹੀਂ ਤੇ ਅੱਜ ਕੱਲ ਜਿਹੜੇ ਸਿੰਗਰ ਬਿਨਾਂ ਸਿੱਖੇ 10-10 ਗਾਣੇ ਆ ਗਏ ਤੇ ਸਟੇ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਉਹ ਕੋਈ ਵਧੀਆ ਗੱਲ ਨਹੀਂ ਕੀ ਫਿਰ ਕਈ ਵਾਰੀ ਉਹਨਾਂ ਦਾ ਤੁੱਕਾ ਚੱਲ ਵੀ ਜਾਂਦਾ ਹੈ ਤੇ ਸਿੱਖਣ ਵੀ ਲੱਗ ਜਾਂਦੇ ਪਰ ਉਹ ਗੱਲ ਬਣ ਹੀ ਨਹੀਂ ਸਕਦੀ ਕਿਉਂਕਿ ਸੰਗੀਤ ਇੰਨੀ ਗਹਿਰਾਈ ਵਾਲਾ ਸੰਗੀਤ ਇੰਨਾ ਗਹਿਰਾ ਹੈ ਕਿ ਇਹਨੂੰ ਜਲਦੀ ਸਿੱਖਣਾ ਬਹੁਤ ਮੁਸ਼ਕਲ ਹੈ ਅਗਰ ਇਹਨੂੰ ਕੋਈ ਸਿੱਖ ਕੇ ਆਏਗਾ ਤੇ ਉਹੀ ਤਾਮਯਾਬ ਹੋਏਗਾ ਔਰ ਉਹੀ ਸਕੂਨ ਦੇਗਾ ਕਿਉਂਕਿ ਸੰਗੀਤ ਹੈ ਰੂਹ ਦੀ ਖੁਰਾਕ ਪਹਿਲਾਂ ਜਿਹੜਾ ਸੰਗੀਤ ਹੁੰਦਾ ਸੀ ਬੜਾ ਕੰਨਾਂ ਨੂੰ ਮਿਠਾਸ ਦਿੰਦਾ ਸੀ ਜੀ ਅੱਜ ਕੱਲ ਪੰਜਾਬੀ ਚ ਕਹੀਏ ਕਿ ਗੜਮ ਗੜਮ ਚੱਲਦੀ ਆ ਹਾਂਜੀ ਕੀ ਸਮਝਦੇ ਹੋ ਕਿ ਪਹਿਲੇ ਸੰਗੀਤ ਤੇ ਹੁਣ ਜਿਹੜਾ ਗੜਮ ਗੜਮਾ ਜੋ ਡੀਜੇ ਟਾਈਪ ਹੈ ਸਾਰਾ ਕੀ ਫਰਕ ਆ ਦੇਖੋ ਜੀ ਬਹੁਤ ਫਰਕ ਹੈ ਜਿਹੜਾ ਇਹ ਗੜਮ ਗੜਮ ਹੈ ਉਹ ਜਿਹੜਾ ਬਸੂਰਾ ਵੀ ਬੰਦਾ ਚੱਲੇਗਾ ਬਸੂਰਾ ਗਾਏਗਾ ਬਾਅਦ ਬੀਟ ਵੱਜੇਗੀ ਲੋਕੀ ਨੱਚੀ ਜਾਣਗੇ ਇੱਕ ਹੁੰਦਾ ਨਾਗ ਦੇ ਕੇ ਬੀਨ ਵਜਾਣੀ ਇੱਕ ਹੁੰਦੀ ਮੱਝਾਂ ਦੇ ਬੀਨ ਵਜਾਣੀ ਇਹ ਤੇ ਉਸ ਹਿਸਾਬ ਹੋ ਗਿਆ ਕਿ ਮੱਝਾਂ ਦੇ ਬੀਨ ਵਜਾਣੀ ਉਹ ਪੁਰਕੀ ਜਾਂਦੇ ਪੁਰਕੀ ਜਾਂਦੇ ਉਹ ਤਾਂ ਕੋਈ ਫਾਇਦਾ ਨਹੀਂ ਹੈ ਉਹ ਸਿਰਫ ਇੱਕ ਟਾਈਮ ਪਾਸ ਹੁੰਦਾ ਚਾਹੇ ਜਾਗਰਣ ਲਈ ਨੇ ਸਿੰਗਰ ਆਂਦੇ ਨੇ ਪਹਿਲਾਂ ਇੱਕ ਗਣੇਸ਼ ਵੀ ਉਹਨਾਂ ਨੇ ਨਹੀਂ ਲਗਾਣਾ ਜਿਹੜਾ ਸਕੂਨ ਲੋਕੀ ਸੁਣ ਸਕਣ ਗਣੇਸ਼ੇ ਕਹਿੰਦੇ ਤੁਹਾਨੂੰ ਮਾਤਰਾ ਨਹੀਂ ਦਿਸੂਆਂ ਸਾਰੇ ਖੜੇ ਹੋ ਜਾ ਨੱਚਣਾ ਸ਼ੁਰੂ ਕਰ ਦੋ ਲੋਕਾਂ ਦੇ ਪੱਲੇ ਕੀ ਪੈਂਦਾ ਕੀ ਪੱਲੇ ਪੈਂਦਾ ਕੁਝ ਵੀ ਨਹੀਂ ਪੱਲੇ ਪੈਂਦਾ ਜਾਗਰਣ ਇੱਕ ਲਾਈਨ ਬੜੀ ਸਕੂਨ ਵਾਲੀ ਬੜੀ ਇੱਕ ਸਾਡੀ ਸਨਾਤਨ ਧਰਮ ਦੀ ਇੱਕ ਉਹ ਲਾਈਨ ਹੈ ਕਿ ਜਿਹਦੇ ਨਾਲ ਜਗਰਾਤਾ ਕਰਾ ਕੇ ਲੋਕ ਬੜਾ ਸਕੂਨ ਅਸਲ ਕਰਦੇ ਆ ਕਿ ਸਾਡੇ ਮਾਤਾ ਆਈ ਹੈ ਸਾਡੀ ਸਭ ਫਰਿਆਦਾ ਪੂਰੀ ਹੋਣਗੀ ਸਭ ਕੁਝ ਲੇਕਿਨ ਜੇਕਰ ਬਸੂਰਾ ਹੀ ਗਏ ਜਾਣਗੇ ਲਫ਼ਜ਼ਾਂ ਦਾ ਕੋਈ ਪਤਾ ਹੀ ਨਹੀਂ ਲੋਕੀ ਨੱਚੀ ਜਾਣਗੇ ਕੀ ਉਹ ਕਿ ਸ਼ਰਧਾ ਕੀ ਭਗਤੀ ਹੈ ਮੀਰਾ ਵੀ ਨੱਚੀ ਸੀ ਪਰ ਉਹ ਭਗਤੀ ਚ ਨੱਚੀ ਸੀ ਚੈਨੂ ਭਗਤੀ ਵੀ ਨੱਚਿਆ ਸੀ ਪਰ ਉਹ ਭਗਤੀ ਚ ਨੱਚਿਆ ਸੀ ਉਨ ਜੈ ਘਣਮ 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 ਸਿਰਫ ਬੋਲਾਂ ਤੇ ਨਹੀਂ ਨੱਚੇ ਬੀਟਾਂ ਤੇ ਨਹੀਂ ਨੱਚੇ ਉਹ ਸ਼ਰਧਾ ਵਿੱਚ ਨੱਚੇ ਭਗਤੀ ਵਿੱਚ ਨੱਚੇ ਪਰ ਇਹ ਮਨ ਲੇ ਕਿ ਬਸੂਰਾ ਸੰਗੀਤ ਸਮਝੋ ਕਿ ਇੱਕ ਲਾਣਤ ਹੈ ਸੁਣਨ ਵਾਲਿਆਂ ਵਾਸਤੇ ਵੀ ਔਰ ਸਭ ਸਿੰਗਰਾਂ ਵਾਸਤੇ ਵੀ ਚਾਹੀਦਾ ਕਿ ਵਧੀਆ ਸਿੰਗਰ ਜਿਹੜੇ ਸੁਣਨੇ ਚਾਹੀਦੇ ਜਿਹੜੇ ਆਰਾਮ ਦੇ ਨਾਲ ਜਾਂ ਲੋਕਾਂ ਦੇ ਕੁਛ ਜਿਹੜਾ ਪੱਲੇ ਪਵੇ ਸੰਗੀਤ ਮਿਠਾਸ ਕੰਨਾਂ ਨੂੰ ਦਵੇ ਜਿਹੜਾ ਦੇਖੋ ਜੀ ਜਿਹੜੇ ਸਮਝਦਾਰ ਲੋਕ ਨੇ ਜਿਹੜੇ ਸੁਲਝੋਏ ਲੋਕ ਉਹ ਬੜੇ ਅੱਛੇ ਸਿੰਗਰ ਨੂੰ ਬੁਲਾਉਂਦੇ ਨੇ ਕਿ ਜਿਹੜਾ ਸੁਰਚ ਹੋਵੇ ਉਹਨੂੰ ਬੈਠ ਕੇ ਸਕੂਨ ਨਾਲ ਸੁਣਦੇ ਵੀ ਐ ਐਨੇ ਚ ਨੱਚਦੇ ਵੀ ਐ ਇਹਨੇ ਨੱਚਦੇ ਨਹੀਂ ਕਿਉਂਕਿ ਨੱਚਣਾ ਵੀ ਸਾਡੀ ਖੁਰਾਕ ਹੈ ਅਨੇ ਰੂਹ ਨੂੰ ਖੁਸ਼ ਕਰਨਾ ਉਹ ਪਹਿਲੇ ਸੁਣਦੇ ਐ ਉਹ ਸੰਗੀਤ ਉਹਨਾਂ ਦੇ ਦਿਮਾਗ ਰਾਹੀਂ ਦਿਲ ਦੇ ਵਿੱਚ ਦਿਮਾਗ ਰਾਹੀਂ ਦਿਲ ਦੇ ਵਿੱਚ ਜਾਂਦਾ ਹੈ ਉਹਨਾਂ ਨੂੰ ਬੜਾ ਅੱਛਾ ਲੱਗਦਾ ਹੈ ਉਹਨਾਂ ਦੀ ਟੈਨਸ਼ਨਾਂ ਦੂਰ ਹੁੰਦੀਆਂ ਬਿਮਾਰੀਆਂ ਦੂਰ ਹੁੰਦੀਆਂ ਔਰ ਬਾਅਦ ਵਿੱਚ ਨੱਚਦੇ ਵੀ ਐ ਸਕੂਨ ਪੂਰਾ ਆਉਂਦਾ ਹੈ ਪੂਰਾ ਮਹਿਜਾਂਦਾ ਹੈ ਹਾਂ ਸੁਰਜੇ ਹੋਏ ਸਿੰਗਰ ਨੂੰ ਹੀ ਸੁਣਨਾ ਚਾਹੀਦਾ ਬਾਕੀ ਸਿੰਗਰ ਨੂੰ ਸੁਣਨਾ ਤੇ ਉਹ ਫਿਰ ਟਾਈਮ ਪਾਸ ਹੈ ਟਾਈਮ ਪਾਸ ਲੋਕੀ ਕਰੀ ਜਾ ਰਹੇ ਨੇ ਅੰਮ੍ਰਕਾ ਜੀ ਦੇਖਦੇ ਆ ਕਿ ਜਦੋਂ ਜਾਗਰਨ ਦੇ ਵਿੱਚ ਕੋਈ ਸ਼ੇਰ ਜਿਸ ਤਰ੍ਹਾਂ ਆਪਾਂ ਉਹਨੂੰ ਆਈਟਮਾਂ ਕਹਿ ਦਿੰਦੇ ਆ ਸ਼ੇਰ ਦੀ ਆਈਟਮ ਆ ਜਿਤਨਾ ਮਾਤਾ ਰਾਣੀ ਜੀ ਦਾ ਉਹ ਰੂਪ ਧਾਰਨ ਕਰ ਲੈਂਦੇ ਆ ਜਾਂ ਹੋਰ ਕ੍ਰਿਸ਼ਨ ਜੀ ਦਾ ਜਾਂ ਕੁਝ ਵੀ ਹੋਰ ਦੇਖਦੇ ਆਪਾਂ ਕਿ ਲੱਗਦਾ ਕਿ ਉਹ ਚੀਜ਼ਾਂ ਜਿਹੜੇ ਸਾਡੇ ਪੀਰ ਪਗੰਬਰ ਨੇ ਗੁਰੂ ਮਹਾਰਾਜ ਨੇ ਉਹਨਾਂ ਦਾ ਜਿਹੜਾ ਵਾ ਇੱਕ ਰੂਪ ਧਾਰਨ ਕਰਨਾ ਜਿਹੜਾ ਉਹ ਜਾਗਰਨ ਦੇ ਵਿੱਚ ਠੀਕ ਲੱਗਦਾ ਜੀ ਨਹੀਂ ਇਹ ਬੇਦਵੀ ਹੈ ਇਹ ਇਹ ਉਹਨ ਸਿੰਗਰਨ ਸ਼ੁਰੂ ਕੀਤਾ ਜਿਹੜੇ ਬਸੂਰੇ ਸਿੰਗਰ ਨੇ ਜਿਗਰ ਤਬੂ ਕਰ ਲਿਆ ਇੱਕ ਦੋ ਪੇਟਾ ਗਈਆਂ ਬਾਦ ਸ਼ਿਵਜੀ ਖੜਾ ਕਰ ਦਿੱਤਾ ਉਹਨੂੰ ਨਚਾਤਾ ਕਾਲੀ ਮਾਤਾ ਖੜੀ ਕਰਤੀ ਹੈ ਉਹਨੂੰ ਕਾਸਾ ਦੇਤਾ ਲੋਕਾਂ ਕੋਲ ਪੈਸੇ ਮੰਗਵਾ ਲੇ ਦੋਸੋ ਜਿਹੜੇ ਤ੍ਰਿਲੋਕੀ ਦੇ ਮਾਲਕ ਨੇ ਸਾਡੀ ਔਕਾਤ ਹੈ ਉਹਨਾਂ ਨੂੰ ਉਹਨਾਂ ਦਾ ਸਰੂਪ ਬਣਾਨੇ ਔਰ ਅਸਰੂਪ ਬਣਾ ਕੇ ਨਚਾਣਾ ਪਬਲਿਕ ਦੇ ਵਿੱਚ ਕ੍ਰਿਸ਼ਨ ਭਗਵਾਨ ਦਾ ਹੈ ਮਾਤਾ ਦਾ ਕੰਝਗਾ ਤੱਕ ਬਣਾਓ ਠੀਕ ਹੈ ਬਾਕੀ ਜੇਕਰ ਕਹੋ ਕਿ ਜੀਵੀ ਦੇਵਤਿਆਂ ਦੇ ਰੂਪ ਬਣਾਨੇ ਇਤੇ ਬਹੁਤ ਗਲਤ ਗੱਲ ਹੈ ਦੇਖਦੇ ਆ ਕਿ ਇੱਕ ਜਿਤਨਾ ਤੁਸੀਂ ਦੱਸਿਆ ਕਿ ਸ਼ਿਵਜੀ ਮਹਾਰਾਜ ਜੀ ਆ ਜਾਂ ਮਾਤਾ ਜੀ ਦਾ ਕਾਲਕਾ ਜੀ ਦਾ ਰੂਪ ਹੈ ਉਹਨਾਂ ਦੇ ਜਿਹੜੀਆਂ ਸ਼ਵੀਆਂ ਹੁੰਦੀਆਂ ਨੇ ਜਿਹੜੇ ਉਸ ਰੂਪ ਨੂੰ ਉਸ ਵੇਲੇ ਜਾਗਰਨ ਦਾ ਮਨੋਰੰਜਨ ਸਮਝਦੇ ਆ ਉਹਨਾਂ ਦੀ ਬੈਕਗ੍ਰਾਉਂਡ ਦੇਖਿਆ ਕਿਸੇ ਵੇਲੇ ਉਹ ਹੋਰੀ ਕੋਈ ਬੈਕਗ੍ਰਾਉਂਡ ਉਹਨਾਂ ਦੀ ਹੋਰੀ ਰੂਪ ਹੁੰਦਾ ਵਾ ਕੀ ਅਪੀਲ ਕਰਨੀ ਚਾਹੋਗੇ ਕਿ ਜਿਹੜੇ ਜਿੰਨੇ ਵੀ ਸਾਡੇ ਸਰੋਤੇ ਐਸ ਵੇਲੇ ਸੁਣ ਰਹੇ ਨੇ ਕਿ ਉਹਨਾਂ ਨੂੰ ਅਪੀਲ ਕਰਨੀ ਚਾਹੋਗੇ ਕਿ ਇਹ ਚੀਜ਼ਾਂ ਜਿਹੜੀਆਂ ਵਾ ਬੰਦ ਕਰਕੇ ਸਿਰਫ ਸਿੰਪਲ ਜਾਗਰਨ ਹੀ ਹੋਣਾ ਚਾਹੀਦਾ ਜੀ ਇਹ ਜਿਹੜੇ ਸਰੂਪ ਬਣਾਉਂਦੇ ਆ ਜੇ ਵੀ ਦੇਰਤਾ ਨੇ ਇਹ ਵੈਸੇ ਦੇਖਿਆ ਜਾਵੇ ਤਾਂ ਬਹੁਤ ਮਾੜੀ ਗੱਲ ਹੈ ਕਿਉਂਕਿ ਜਿੰਨਾ ਕੋਲ ਅਸੀਂ ਮੰਗਦੇ ਆ ਜਿੰਨਾ ਕੋਲ ਅਸੀਂ ਸਭ ਕੁਝ ਲੈਣੇ ਆ ਉਹਨਾਂ ਨੂੰ ਅਸੀਂ ਬਣਾ ਕੇ ਤੇ ਕੀ ਕਹਿੰਦੇ ਨੇ ਕਾਸਾ ਫੜਾ ਕੇ ਤੇ ਪਬਲਿਕ 'ਚ ਮੰਗਣਾ ਸ਼ੁਰੂ ਕਰਵਾ ਦਿੰਦੇ ਆ ਹੈ ਸ਼ਿਵਜੀ ਬਣਾਉਂਦੇ ਨੇ ਉਹ ਸ਼ਿਵਜੀ ਡਾਂਸ ਕਰਦੇ ਨੇ ਜੋ ਕਿ ਸ਼ਿਵਜੀ ਦੇ ਕਿ ਅਸੀਂ ਫਰਿਆਦ ਕਰਦੇ ਆ ਕਿ ਨਾ ਕਿ ਸ਼ਿਵਜੀ ਖੁਦ ਲਿਪਸਿੰਗ ਦੇ ਰਹੇ ਆਂ ਔਰ ਗਾ ਰਹੇ ਆਂ ਇਹ ਬਹੁਤ ਹੀ ਮਾੜੀ ਗੱਲ ਹੈ ਜਾਗਰ ਹੋਣਾ ਚਾਹੀਦਾ ਕਿ ਜਾਗਰਨ ਦੀ ਤਰ੍ਹਾਂ ਪੇਟਾ ਗਾਣੀਆਂ ਚਾਹੀਦੀਆਂ ਪੇਟਾ ਉਹਦੇ ਚ ਸਿੰਪਲ ਵੀ ਹੋਣੀ ਚਾਹੀਦੀ ਨੱਚਣ ਵਾਲੀ ਵੀ ਹੋਣੀ ਚਾਹੀਦੀ ਪਬਲਿਕ ਨੂੰ ਸਾਰਾ ਸਕੂਨ ਮਿਲੇ ਪਤਾ ਲੱਗੇ ਕਿ ਹਾਂ ਜੀ ਇਹ ਜਾਗਰਣ ਹੋ ਰਿਹਾ ਸੀ ਮਹਾਮਾਇੀ ਦੀ ਉਸਤਤੀ ਕਰਨੀ ਹੈ ਉਸਤਤੀ ਹੋਣੀ ਚਾਹੀਦੀ ਜਿਸ ਨਾਲ ਕਿ ਜਾਗਰਣ ਚ ਬੈਠ ਕੇ ਸਾਨੂੰ ਉਸ ਦਾ ਫਲ ਵੀ ਪ੍ਰਾਪਤ ਹੋਵੇ ਕਿ ਜੋ ਸਾਰੇ ਸ਼ਰਧਾ ਨਾਲ ਬੈਠੇਗਾ ਦੇਖੋ ਜਿਹੜੇ ਕਰਦੇ ਵੀ ਆਈਟਮ ਆ ਦੇਖੋ ਸਾਰੇ ਲੋਕ ਨਹੀਂ ਮਾਰੇ ਹੁੰਦੇ ਚੰਗੇ ਮਾਰੇ ਕੋਈ ਬੀੜੀ ਪੀ ਰਿਹਾ ਕੋਈ ਕੁਝ ਕਰ ਰਿਹਾ ਕੋਈ ਕੁਝ ਕਰ ਰਿਹਾ ਹੈ ਪਰਦੇ ਦੇ ਪਿੱਛੇ ਕੁਝ ਹੈ ਪਰਦੇ ਦੇ ਸਾਹਮਣੇ ਕੁਝ ਹੈ ਉਹ ਕ੍ਰਿਸ਼ਨ ਬਣਾ ਦਿੰਦੇ ਹੋ ਲੋਕਾਂ ਚਨਾਨੀਆਂ ਜਾ ਕੇ ਗੋਧੀਆਂ ਚ ਬੰਦਾ ਹੈ ਹੈ ਭੁੜਕਦਾ ਨੱਚਦਾ ਉਹਨੂੰ ਖਿੱਚੋ ਉਹਨੂੰ ਖਿੱਚੇ ਕਿ ਜਾਗਰਨ ਥੋੜੀ ਹੈ ਖਿੱਚ ਖਿੱਚ ਕੇ ਪਬਲਿਕ ਨੂੰ ਲੈ ਕੇ ਆਣਾ ਪਬਲਿਕ ਦੇ ਤੇ ਹੁੰਦੀ ਆਪਣੀ ਮਰਜ਼ੀ ਅਗਰ ਤੁਸੀਂ ਕ੍ਰਿਸ਼ਨ ਨੂੰ ਨਚਾਣਾ ਸਿਰ ਸਟੇਟ ਨਚਾ ਦੋ ਕਿਤੇ ਸਰੂਪ ਹੈ ਬੜਾ ਤਗੜਾ ਸਰੂਪ ਹੈ ਉਹਨੂੰ ਵੀ ਜ਼ਮੀਨ ਤੇ ਪੈਰ ਕਿਉਂ ਰੱਖਣ ਦੇ ਰਹੇ ਵੈਸੇ ਸਟੇਟ ਵੀ ਨਹੀਂ ਸੁਆਮਾ ਚਾਹੀਦਾ ਮਹਾਰਾਜ ਦੇ ਸਰੂਪ ਲਗਾਏ ਹੁੰਦੇ ਹੈ ਬਸ ਉਹਨਾਂ ਦੇ ਅੱਗੇ ਹੱਥ ਜੋੜਨੇ ਚਾਹੀਦੇ ਮੂਰਤੀਆਂ ਲੱਗੀਆਂ ਹੁੰਦੀਆਂ ਬਾਕੀ ਸਾਨੂੰ ਸਰੂਪ ਨਹੀਂ ਬਣਾਉਣੇ ਚਾਹੀਦੇ ਔਰ ਉਹ ਉਹੀ ਕਲਾਕਾਰਾਂ ਨੇ ਸਰੂਪ ਸ਼ੁਰੂ ਕੀਤੇ ਨੇ ਜਿਨ੍ਹਾਂ ਨੂੰ ਗਾਣਾ ਨਹੀਂ ਆਂਦਾ ਕਿਉਂਕਿ ਉਹਨਾਂ ਨੇ ਟਾਈਮ ਪਾਸ ਕਰਨਾ ਹੈ ਲੋਕਾਂ ਨੂੰ ਇੰਟਰਟੇਨ ਲੋਕਾਂ ਦਾ ਇੰਟਰਟੇਨਮੈਂਟ ਹੈ ਭਗਤੀ ਇੰਟਰਟੇਨਮੈਂਟ ਨਹੀਂ ਹੈ ਭਗਤੀ ਭਗਤੀ ਹੈ ਜੀ ਦੇਖੋ ਤਾਰਾ ਲਾਣੀ ਰੁਕਮਣ ਦੀ ਕਥਾਵਾਂ ਸੁਣੋ ਪਤਾ ਲੱਗਦਾ ਕਿ ਭਗਤੀ ਹੈ ਕਿਆ ਕਰਨ ਕਿੰਨੂ ਕਹਿੰਦੇ ਨੇ ਪੱਕੀਆਂ ਪੇਟਾ ਕਿੰਨੂ ਕਹਿੰਦੇ ਨੇ ਪਸ ਮੈਂ ਤੇ ਲੋਕਾਂ ਕੇ ਇਹੀ ਕਹਾਂਗੀ ਕਿ ਜਿਹੜੇ ਜਾਗਰਨ ਤੇ ਬੁਲਾਉਂਦੇ ਨੇ ਜਿਹੜਾ ਰਾਤ ਕਰਾਉਣ ਵਾਲੇ ਉਹ ਵੀ ਇਹ ਵੇਖਣਗੇ ਅਸੀਂ ਕਿਹੜੇ ਗਰੁੱਪ ਨੂੰ ਬੁਲਾ ਰਹੇ ਆ ਕਿ ਉਹ ਸਾਡਾ ਜਾਗਰਨ ਕਰਾਉਣ ਦੇ ਲਾਇਕ ਹੈ ਪਹਿਲੇ ਲੋਕ ਸੋਈਦੇ ਹੀ ਅਸੀਂ ਜਾਂਦਾਂਗੇ ਆਪਣੇ ਉਸਤਾਦਾਂ ਨਾਲ ਸਾਨੂੰ ਵਾਜਾਂ ਨਾਲ ਲੋਕ ਲੈਣ ਆਉਂਦੇ ਸੀ ਕੋਈ ਇੱਕ ਵਕਤ ਸੀ ਰਾਤੀਂ ਜਗਰਤ ਹੁੰਦਾ ਸੀ ਅਸੀਂ ਸਵੇਰੇ ਪਹੁੰਚ ਜਾਂਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੀ ਇੰਨੀ ਸੇਵਾ ਕਰਦੇ ਕਿ ਭਗਤ ਆ ਗਏ ਨੇ ਲੇਕਿਨ ਹੁਣ ਉਹ ਗੱਲਾਂ ਨਹੀਂ ਗਈ ਹੁਣ ਤਾਂ ਅਸੀਂ ਗੱਡੀ 'ਚ ਬੈਠੇ ਹੁੰਨੇ ਆ ਤੇ ਸਟੇ ਤੇ ਜਾਂਦੇ ਆ ਕੰਮ ਕਰਦੇ ਆ ਫਿਰ ਗੱਡੀ 'ਚ ਆਏ ਨੇ ਡੈਟਸ ਕਲ ਅਮਕਰੀ ਬਹੁਤ ਵਧੀਆ ਗੱਲ ਤੁਸੀਂ ਸਾਡੇ ਚੈਨਲ ਦਾਹੀਂ ਲੋਕਾਂ ਨੂੰ ਇੱਕ ਵਧੀਆ ਮੈਸੇਜ ਦਿੱਤਾ ਐ ਥੋੜਾ ਰੁਕ ਦੂਸਰੀ ਵੱਲ ਕਰਦੇ ਆ ਕੀ ਹੁਣ ਤੱਕ ਕਿੰਨੇ ਕੁ ਤੁਹਾਡੇ ਜਿਹੜੇ ਗਾਏ ਭਜਨ ਪੰਜਾਬੀ ਗੀਤ ਕਿੰਨੇ ਕੁ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਵੈਸੇ ਮੇਰੀ 25 30 ਕਸਟਾਂ ਸੀੜੀਆਂ ਕਾਫੀ ਆ ਚੁੱਕੇ ਆ ਪਰ ਪ੍ਰਮਾਤਮਾ ਨੇ ਜਦੋਂ ਕਿਸੇ ਨੂੰ ਇਹਦੇ ਇੱਕ ਜੂਆ ਖੇਡੀ ਜਾਓ ਖੇਡੀ ਜਾਓ ਖੇਡੀ ਜਾਓ ਜਿਸ ਵਕਤ ਕਲਿੱਕ ਕਰ ਗਿਆ ਇਕਲਾਕਰ ਕਲਿੱਕ ਹੋ ਗਿਆ ਤੁਹਾਡਾ ਇੱਕ ਪਿੱਛੇ ਜੇ ਗਾਣਾ ਇੱਕ ਬਹੁਤ ਮਸ਼ਹੂਰ ਗਾਣਾ ਹੋਇਆ ਸੀਗਾ ਤੇ ਉਹ ਚਰਚਾ ਦੇ ਵਿੱਚ ਵੀ ਕਾਫੀ ਗਾਣਾ ਆਇਆ ਸੀਗਾ ਤੇ ਮੈਂ ਚਾਹੂੰਗਾ ਕਿ ਉਸ ਗਾਣੇ ਬਾਰੇ ਵੀ ਜ਼ਿਕਰ ਕਰੋ ਛੇੜਾ ਬੋੜ ਵਾਲੀਆ ਜੀ ਦੇ ਨਾਲ ਸ਼ਾਇਦ ਉਹ ਗਾਣਾ ਸੀਗਾ ਹਾਂਜੀ ਉਹ ਗਾਣਾ ਨੇ ਪਹਿਲੇ ਤੇ ਮੈਂ ਗਾਇਆ ਸੀ ਔਰ ਬਾਅਦ ਵਿੱਚ ਉਹਨੂੰ ਕਾਪੀ ਕਰ ਲਿਆ ਕਿਹੜਾ ਗਾਣਾ ਸੀਗਾ ਸੀ ਚਾਹਾਂਗੇ ਦਰਸ਼ਕਾਂ ਦੇ ਨਾਲ ਲੱਜਾ ਕੇ ਅਸੀਂ ਵੇ ਤੇਰੀ ਮਾਂ ਨੇ ਵੰਡ ਨੇ ਭਾਂਡੇ ਵੇ ਨਾ ਜਾਈ ਬਸ਼ਰਮਾ ਵੰਡੇ ਵੇ ਤੇਰੀ ਮਾਂ ਨੇ ਵੰਡਨੇ ਪਾਂਡੇ ਵੇ ਨਾ ਜਾਈ ਬਸ਼ਰਮਾ ਵਾਂਡੇ ਇੱਕ ਥਾਲੀ ਆਉਗੀ ਵੇ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਗੁਜਾਰਾ ਸਰਦਾਰਾ ਇੱਕ ਥਾਲੀ ਨਾਲ ਹੋਣਾ ਨਹੀਂ ਬਹੁਤ ਵਧੀਆ ਅਮਕਾ ਜੀ ਤੇ ਕੀ ਕਾਰਨ ਕੀ ਬਣਿਆ ਕਿ ਉਹ ਗਾਣੇ ਦੇ ਵਿੱਚ ਦੂਸਰੀ ਆਵਾਜ਼ ਲੈਣ ਦਾ ਕਿ ਕਿ ਗਾਣਾ ਤਾਂ ਕਾਫੀ ਹਿੱਟ ਹੋਇਆ ਸੀਗਾ ਔਰ ਤੁਹਾਡੀ ਹੀ ਆਵਾਜ਼ ਦੇ ਵਿੱਚ ਉਹ ਗਾਣੇ ਦੀ ਵੀਡੀਓ ਵੀ ਬਣੀ ਸਾਰਾ ਕੁਝ ਬਣਿਆ ਕੀ ਕਾਰਨ ਸਮਝਦੇ ਹੋ ਕਾਰਨ ਤੇ ਮੈਨੂੰ ਵੀ ਨਹੀਂ ਪਤਾ ਲੱਗਾ ਨਾ ਹੀ ਮੈਂ ਜ਼ਿਆਦਾ ਪੁੱਛਿਆ ਕਿਉਂਕਿ ਉਹਨਾਂ ਨੇ ਮੈਨੂੰ ਪਹਿਲੇ ਸ਼ੇਰੇ ਨੇ ਹਾਇਰ ਕੀਤਾ ਹੀ ਮੈਨੂੰ ਕਿ ਮੈਡਮ ਇਹ ਗਾਣਾ ਗਾਣਾ ਉਸ ਤੋਂ ਬਾਅਦ ਕੀ ਪਤਾ ਉਹਨਾਂ ਦੀ ਕੀ ਪ੍ਰੋਬਲਮ ਰਹੀ ਹੈ ਜਿਹੜਾ ਉਹਨਾਂ ਨੇ ਗਾਣਾ ਕਿਸੇ ਹੋਰ ਤੋਂ ਕਰਵਾ ਲਿਆ ਮੈਂ ਵੀ ਜਿਆਦਾ ਪਤਾ ਨਹੀਂ ਕੀਤਾ ਪੁੱਛਿਆ ਨਹੀਂ ਕਿ ਕਰਵਾ ਲਿਆ ਤਾਂ ਵੀ ਠੀਕ ਹੈ ਨਹੀਂ ਕਰਵਾਇਆ ਤਾਂ ਵੀ ਠੀਕ ਹੈ ਤੇ ਮੈਂ ਕੋਈ ਗੱਲ ਨਹੀਂ ਕੀਤੀ ਫालतू ਜਦੋਂ ਇਸ ਤਰ੍ਹਾਂ ਹੁੰਦਾ ਵਾ ਦੂਸਰੀ ਗਾਇਕਾ ਨੂੰ ਜਾਂ ਦੂਸਰੇ ਸਿੰਗਰ ਨੂੰ ਇਸ ਤਰ੍ਹਾਂ ਤਬਦੀਲ ਕੀਤਾ ਜਾਂਦਾ ਵਾ ਕੋਈ ਹਿੱਟ ਗਾਣੇ ਦੇ ਵਿੱਚ ਤੇ ਕਿਤਨਾ ਦਿਲ ਨੂੰ ਥੇਸ ਲੱਗਦੀ ਹੈ ਹਾਂ ਦਿਲ ਨੂੰ ਥੇਸ ਲੱਗਦੀ ਹੈ ਦੁੱਖ ਹੁੰਦਾ ਹੈ ਕਿਉਂਕਿ ਕਲਾਕਾਰ ਕਈ ਵਾਰੀ ਇਹ ਸੋਚਦਾ ਕਿ ਮੇਰੇ 'ਚ ਕੋਈ ਕਮੀ ਤਾਂ ਨਹੀਂ ਹੈ ਠੀਕ ਹੈ ਨਾ ਪਰ ਕਮੀ ਪਬਲਿਕ ਦੱਸਦੀ ਹੈ ਕਮੀ ਹੈ ਜਾਂ ਨਹੀਂ ਹੈ ਪਬਲਿਕ ਨੂੰ ਪਤਾ ਹੁੰਦਾ ਕੌਣ ਕਿੰਨਾ ਕ ਕਰ ਰਿਹਾ ਕਿੰਨਾ ਕ ਨਹੀਂ ਕਰ ਰਿਹਾ ਬਾਕੀ ਮੈਨੂੰ ਇਸ ਦਾ ਦੁੱਖ ਜ਼ਰੂਰ ਆਇਆ ਸੀ ਪਰ ਉਸ ਦੁੱਖ ਨੂੰ ਫਿਰ ਉੱਥੇ ਹੀ ਛੱਡਣਾ ਪਿਆ ਮੈਨੂੰ ਬਾਕੀ ਮੇਰੀ ਮਾਤਾ ਦੀ ਭੇਟਾ ਮੇਰੇ ਬਹੁਤ ਜਾਗਰਨ ਮੈਂ ਦਿਨ ਦੇ ਤਿੰਨ ਤਿੰਨ ਕਰਦੀ ਰਹੀਆਂ ਔਰ ਮੇਰੀ ਜਾਗਰਨ ਬਹੁਤ ਅੱਛੀ ਰਹੀ ਹੈ ਬਾਕੀ ਪੀਰਾਂ ਦੀ ਕਵਾਲੀਆਂ ਦੇ ਪ੍ਰੋਗਰਾਮ ਔਰ ਸਾਈ ਸੰਧਿਆ ਹਰ ਤਰ੍ਹਾਂ ਦੇ ਪ੍ਰੋਗਰਾਮ ਗੀਤ ਗਜ਼ਲ ਜਿਆਦਾ ਸੀ ਗੀਤ ਗਜ਼ਲ ਲੇਡੀ ਸੰਗੀਤ ਜੋ ਕਿ ਕਿਰੇਲੂ ਪ੍ਰੋਗਰਾਮ ਹੁੰਦੇ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਮੇਰੇ ਚੱਲਦੇ ਅੱਜ ਵੀ ਚੱਲ ਰਹੇ ਹਨ ਔਰ ਇਹ ਮੈਨੂੰ ਐਸ ਉਮਰ ਚ ਵੀ ਬੜੀ ਮਹਾਰਾਜ ਦੀ ਕਿਰਪਾ ਹੈ ਕਿ ਕੰਮ ਕਰ ਰਹੇ ਅਸੀਂ ਚੱਲ ਰਹੇ ਕੋਈ ਐਸਾ ਭਜਨ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਦਾ ਹੋਵੇ ਜਿਹੜਾ ਤੁਹਾਨੂੰ ਲੋਕ ਵੀ ਜਿਹੜਾ ਉਹ ਪਸੰਦ ਕਰਦੇ ਹੋਣ ਸਟੇਜ ਤੇ ਤੁਸੀਂ ਗਾਉਂਦੇ ਹੋ ਜਿਹੜਾ ਪੇਟਾ ਮੇਰੀ ਬਹੁਤ ਐਸੀਆਂ ਮਤਲਬ ਕਿ ਕੈਸਟਾਂ ਆਈਆਂ ਲੋਕ ਬਹੁਤ ਪਸੰਦ ਕਰਦੇ ਹੈ ਔਰ ਉਹਦੇ ਉਹਨਾਂ ਪੇਟਾ ਕਰਕੇ ਹੀ ਮੈਨੂੰ ਇੰਨਾ ਜਾਗਰਨ ਦਿਨ ਦੇ ਤਿੰਨ ਤਿੰਨ ਜਗਰ ਦਿੱਤੇ ਬੁਕ ਹੋਏ ਤੇ ਵੈਸੇ ਇੱਕ ਪੇਟਾ ਮੈਂ ਤੁਹਾਨੂੰ ਸੁਣਾਨੀ ਹੈ ਕਿਉਂਕਿ ਕੁਝ ਗੱਲਾਂ ਹੁੰਦੀਆਂ ਜਿਹੜੇ ਸੁਲਝੇ ਲੋਗੇ ਸਮਝਦੇ ਸਮਝਦਾਰ ਲੋਗੇ ਸਮਝਦੇ ਇੱਕ ਮਾਤਾ ਦੀ ਪੇਟਾ ਹੁਣੇ ਮੇਰੇ ਕਰਾਇ ਰਿਲੇ ਉਹਦੇ ਚ ਇੱਕ ਭਗਤ ਦੇ ਭਾਵ ਹੈ ਜੀ ਮਾਤਾ ਦਾ ਸ਼ਿੰਗਾਰ ਹੈ श्रिंगारे है पेट मेरी मैया दे दवार ले जो लाल चूड़िया मेरी मादा करन शिंगार ले जाओ लाल चूड़िया मेरी मैया दे दवार ले जाओ लाल चूड़ियाँ लाल सूहा चोला लाल ही शिंगारे लाल लाल चुन्नी गोटे वाली तिलेदार लाल फूलों के हार ले जा लाल चूड़ियाँ मेरी मैया दे देर ले जो लाल चूड़ियाँ यह लिखिया भी मैं ही है और कंपोजिशन भी मेरी है और रिकॉर्डिंग के आई है मनजीत सिंह जी कोलो ਧੰਨਵਾਦ ਜੀ ਔਰ ਬੜਾ ਦੇਖਿਆ ਕਿੰਨਾ ਸਕੂਨ ਮਿਲ ਰਿਹਾ ਸੀ ਤੁਹਾਡੀ ਆਵਾਜ਼ ਸੁਣ ਕੇ ਔਰ ਕਿੰਨੀ ਇੱਕ ਫੀਲ ਵਧੀਆ ਫੀਲ ਆ ਰਿਹਾ ਸੀ ਉਹ ਭਜਨ ਨੂੰ ਸੁਣ ਕੇ ਤਾਂ ਇੱਕ ਚੀਜ਼ ਹੋਰ ਅੰਬਕਾ ਜੀ ਥੋੜਾ ਜਿਹਾ ਪਿਛੋਕੜ ਵੱਲ ਜਾਣਦੇ ਆ ਕਿ ਐਸਲੇ ਜਿਹੜਾ ਵਾ ਤੁਸੀਂ ਘਰ ਦੇ ਵਿੱਚ ਕਿੰਨੇ ਮੈਂਬਰ ਹੋ ਅਸੀਂ ਘਰ ਦੇ ਵਿੱਚ ਦੋ ਮੈਂਬਰ ਹੈ ਇੱਕ ਮੈਂ ਔਰ ਮੇਰੀ ਬੇਟੀ ਹੈ ਤੇ ਕੁਝ ਦੱਸਣਾ ਚਾਹੋਗੇ ਅਗਰ ਤੁਸੀਂ ਠੀਕ ਸਮਝੋ ਆਪਣੇ ਪਿਸ਼ੋਕੜ ਬਾਰੇ ਵੀ ਕਿਸ ਤਰ੍ਹਾਂ ਤੁਸੀਂ ਸੰਗੀਤ ਲੈਣ ਨੂੰ ਅੱਗੇ ਵਧਾਇਆ ਕਿ ਮੁਸ਼ਕਲਾਂ ਕਿੰਨੀਆਂ ਕਾਇਆਂ ਮੁਸ਼ਕਲਾਂ ਇਸ ਤਰ੍ਹਾਂ ਹੈ ਕਿ ਮੇਰਾ ਪਰਿਵਾਰ ਸੰਗੀਤ ਲੈਣ ਤੋਂ ਬਹੁਤ ਦੂਰ ਹੈ ਔਰ ਉਹ ਪਸੰਦ ਨਹੀਂ ਸੀ ਕਰਦੇ ਤੇ ਮੈਂ ਖੁਦ ਹੀ ਸ਼ੌਂਕ ਦੇ ਨਾਲ ਆਪਈ ਐ ਜਿਸ ਤਰ੍ਹਾਂ ਮੈਨੂੰ ਮੈਂ ਬਹੁਤ ਪੈਸਾ ਬਰਬਾਦ ਕੀਤਾ ਇਸ ਲਾਈਨ ਜਿਉਂ ਕਿ ਮੈਨੂੰ ਸਮੇਂ ਹੀ ਸੀ ਨਹੀਂ ਮੈਨੂੰ ਜਿਸ ਤਰ੍ਹਾਂ ਜਿੱਥੇ ਕਿਸ ਨੇ ਕਹਿਤਾ ਮੋਸਰਾ ਕਰਦੀ ਰਹੀ ਪੈਸਾ ਵੀ ਬਹੁਤ ਕਮਾਇਆ ਹੈ ਔਰ ਬਹੁਤ ਪੈਸਾ ਬਰਬਾਦ ਕੀਤਾ ਮੈਂ ਲੇਕਿਨ ਇੱਕ ਕੋਈ ਜੜੀ ਮੰਜ਼ਿਲ ਮਿਲਣੀ ਚਾਹੀਦੀ ਉਹ ਨਹੀਂ ਮਿਲੀ ਹਾਂ ਜਿਹੜਾ ਸੁਣਦਾ ਉਹ ਬਸ ਕਹਿੰਦਾ ਕੀ ਬਾਤ ਹੈ ਅੰਬਿਕਾ ਜੀ ਸਕੂਨ ਮਿਲ ਜਾਂਦਾ ਸਿਰ ਇੰਨਾ ਹੀ ਮਿਲ ਗਿਆ ਇੰਨਾ ਮੇਰੇ ਲਈ ਬਹੁਤ ਹੈ ਪਰ ਇਹ ਹੈ ਕਿ ਮੰਜ਼ਿਲ ਦੇਖੋ ਪ੍ਰਮਾਤਮਾ ਕੋਈ ਦੇਗਾ ਤੇ ਠੀਕ ਹੈ ਮੇਰੀ ਬੇਟੀ ਮੈਨੂੰ ਸਪੋਰਟ ਕਰਦੀ ਹੈ ਔਰ ਉਹ ਕਹਿੰਦੀ ਮੰਮੀ ਤੁਸੀਂ ਇੰਜ ਕਰੋ ਮੰਮੀ ਇੰਜ ਕਰੋ ਤੁਸੀਂ ਕੈਸਟ ਕਰੋ ਤੁਸੀਂ ਇੱਕ ਵਾਰੀ 20 25 ਲੱਖ ਰੁਪਏ ਲਗਾ ਕੇ ਕੋਈ ਗਾਣਾ ਕਰੋ ਬਹੁਤ ਕੁਝ ਕਹਿੰਦੀ ਹੈ ਚਲੋ ਵਕਤ ਆਏਗਾ ਉਸ ਤਰ੍ਹਾਂ ਸੀ ਚੱਲਦੇ ਜਾਵਾਂਗੇ ਜਿਵੇਂ ਪਰਮਾਤਮਾ ਨੇ ਲਿਖਿਆ ਹੈ ਕਿ ਕਿਉਂਕਿ ਅੱਜਕਲ ਪ੍ਰੋਮੋਸ਼ਨ ਜਿਹੜੀ ਹੈ ਨਾ ਬਹੁਤ ਮੁਸ਼ਕਲ ਹੈ ਪੈਸਾ ਲਗਾ ਕੇ ਵੀ ਲੋਕਾਂ ਨੂੰ ਇਹ ਕਵਾਂਗੇ ਕਿ ਜਿਸ ਤਰ੍ਹਾਂ ਦੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਨੇ ਜਿਸਾ ਲੇਡੀ ਸੰਗੀਤ ਹੈ ਗੀਤ ਗਜ਼ਲ ਦੇ ਪ੍ਰੋਗਰਾਮ ਹੈ ਜਾਗਰਨ ਹੈ ਸਾਈ ਸੰਦਿਆ ਹੈ ਭਜਨ ਸੰਦਿਆ ਹੈ ਉਹ ਸਾਨੂੰ ਬੁੱਕ ਕਰਨ ਜੋ ਕਿ ਅਸੀਂ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਅੱਛਾ ਗਾਇਕੀ ਔਰ ਅੱਛਾ ਸਭ ਕੁਝ ਦਿਖਾ ਸਕੀ ਹੁਣ ਜਿਹੜਾ ਆਉਣ ਵਾਲਾ ਸਮਾਂ ਹੈ ਆਉਣ ਵਾਲੇ ਸਮੇਂ 'ਚ ਤੁਸੀਂ ਕਿੰਨੇ ਕ ਨਵੇਂ ਪ੍ਰੋਜੈਕਟ ਜਿਹੜੇ ਆਪਣੀ ਗਾਇਕੀ ਦੁਆਰਾ ਲੋਕਾਂ ਨੂੰ ਤੁਸੀਂ ਜਿਹੜੇ ਉਹਨਾਂ ਦੇ ਰੂਬਰੂ ਕਰਨ ਜਾ ਰਹੇ ਹੋ ਪ੍ਰੋਜੈਕਟ ਤੇ ਦੇਖੋ ਜਦੋਂ ਤੱਕ ਅਸੀਂ ਜੀ ਰਹੇ ਆ ਨਾ ਉਹ ਤੱਕ ਪ੍ਰੋਜੈਕਟ ਦਿੰਦੇ ਹੀ ਰਵਾਂਗੇ ਹੁਣੇ ਮੈਂ ਇੱਕ ਨਵਾਂ ਹੈ ਸ਼ਾਮ ਬਾਬਾ ਜੀ ਦਾ ਦਿੱਤਾ ਖਾਟੂ ਸ਼ਾਮ ਜੀ ਦਾ ਰਾਜਸਥਾਨ ਤੇ ਪੇਟਾ ਵੀ ਮੈਂ ਕਰਦੀ ਰਹਿੰਦੀ ਐ ਅਕਸਰ ਹੀ ਕਰਦੀ ਰਹਿੰਦੀ ਹਰ ਰਾਤਾਂ ਤੇ ਦੋ ਤਿੰਨ ਪੇਟਾ ਜਾਂ ਇੱਕ ਪ੍ਰੋਜੈਕਟ ਅਗਲ ਤੇ ਸਿੰਗਲ ਟਰੈਕ ਚੱਲਦੇ ਪਏ ਆ ਪਹਿਲੇ ਤੇ 8-8 ਪੇਟਾ ਦਾ ਟਰੈਕ ਦਈਦਾ ਸੀ ਤੇ ਮੈਂ ਦਿੰਦੀ ਰਵਾਂਗੀ ਜਦ ਤੱਕ ਜੀ ਰਹੇ ਆ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਲਾਸਟ ਤੁਸੀਂ ਖਾਟੂ ਸ਼ਾਮ ਜੀ ਦਾ ਜ਼ਰੂਰ ਭਜਨ ਸੁਣਾਓ ओ मेरे खाटू वाले श्याम तेरी क्या बात है मेरे खाटू वाले शाम तेरी क्या बात है तू है हारे का सहारा तेरी क्या बात है क्या बात है तेरी क्या बात है क्या बात है तेरी क्या बात है मेरे खाटू वाले श्याम तेरी क्या बात है मेरे खाटू वाले शाम तेरी क्या बात ਹਤ ਹੈ ਬਹੁਤ ਵਧੀਆ ਮਕਾ ਜੀ ਤੁਹਾਡੀ ਆਵਾਜ਼ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗੀ ਔਰ ਅਸੀਂ ਸਮਝਦੇ ਹਾਂ ਕਿ ਸਾਡੇ ਦਰਸ਼ਕ ਵੀ ਬਹੁਤ ਇੰਜੋਏ ਕਰ ਰਹੇ ਹੋਣੇ ਆ ਤਾਂ ਲਾਸਟ ਤੇ ਤੁਸੀਂ ਕੋਈ ਆਪਣੇ ਵੱਲੋਂ ਕੋਈ ਮੈਸੇਜ ਦੇਣਾ ਚਾਹੋਗੇ ਸਾਡੇ ਜਿਹੜੇ ਸਰੋਤੇ ਤੁਹਾਨੂੰ ਸੁਣਦੇ ਨੇ ਕੋਈ ਆਪਣੇ ਸਰਕਾਰੀ ਪ੍ਰੋਗਰਾਮ ਜਾਂ ਕੋਈ ਹੋਰ ਵੀ ਤੁਸੀਂ ਜਿਹੜੇ ਜੁੜੇ ਹੋ ਪ੍ਰਸ਼ਾਸਨ ਦੇ ਨਾਲ ਅਸੀਂ ਬੜੀ ਅੱਛੀ ਗੱਲ ਪੁੱਛੀਏ ਮੇਰੇ ਕੋ ਸਰਕਾਰੀ ਦੀ ਮੈਂ 25 ਸਾਲਾ ਤੋਂ ਗਵਰਨਮੈਂਟ ਦਾ ਕੰਮ ਕਰ ਰਹੀ ਹਾਂ ਪਰ ਸਰਕਾਰ ਦੇ ਜਿਹਦੇ ਚ ਲੋਕਾਂ ਨੂੰ ਅਵੇਅਰ ਕਰਨਾ ਜਿਸ ਤਰ੍ਹਾਂ ਨਸ਼ਿਆਂ ਬਾਰੇ ਬੇਟੀ ਬਚਾਓ ਬੇਟੀ ਪੜਾਓ ਜਲ ਬਚਾਓ ਕੋਈ ਵੀ ਬਿਮਾਰੀ ਆਂਦੀ ਹੈ ਕੋਈ ਫਲੂ ਆਂਦਾ ਉਹਨਾਂ ਬਾਰੇ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆਂ ਫਿਲਹਾਲ ਮੈਂ ਅਸੀਂ ਕਾਫੀ ਥੋੜੇ ਅੱਛੇ ਰਿਹਾ ਸਾਲ ਕਿਹ ਹੈ ਡੀਸੀ ਸਾਹਿਬ ਨੇ ਨਸ਼ਿਆਂ ਬਾਰੇ ਸਰ ਕੋ ਪ੍ਰੋਗਰਾਮ ਕਰਾਇਆ ਸੀ ਕਾਫੀ ਤੋਂ ਨਸ਼ੇ ਬਾਰੇ ਸੋਚ ਕੇ ਵੀ ਨਾ ਬੜਾ ਦਿਲ ਦੁਖੀ ਹੁੰਦਾ ਕਿ ਸਾਡੇ ਪੰਜਾਬ ਦੀ ਜਿੰਨੀ ਵੀ ਜਵਾਨੀ ਹੈ ਖਤਮ ਹੋਈ ਜਾ ਰਹੀ ਹੈ ਚਿੱਟੇ ਵਿੱਚ ਸ਼ਰਾਬਾਂ ਵਿੱਚ ਹੋਰ ਕਈ ਤਰ੍ਹਾਂ ਦੇ ਨਸ਼ੇ ਹੈ ਤੇ ਨਸ਼ਿਆਂ ਬਾਰੇ ਮੈਂ ਕਾਫੀ ਅੱਛੇ-ਅੱਛੇ ਗੀਤ ਅੱਛੇ-ਅੱਛੇ ਡਰਾਮੇ ਅਸੀਂ ਪਬਲਿਕ ਦੇ ਅੱਗੇ ਪੇਸ਼ ਕੀਤੇ ਨੇ ਔਰ ਮੈਂ ਲੋਕਾਂ ਇੱਕ ਦੋ ਲੈਣਾ ਗਾ ਕੇ ਸੁਣਾਵਾਂਗੀ ਜੀ ਔਰ ਇਹ ਸਾਰੇ ਪੰਜਾਬ ਦੇ ਜਵਾਨਾਂ ਵਾਸਤੇ ਹੀ ਹੈ ਜੀ ਮੇਰੇ ਇਸ ਪੰਜਾਬ ਨੂੰ ਕਿਸ ਦੀ ਨਜ਼ਰ ਹੈ ਖਾ ਗਈ ਨਸ਼ਿਆਂ ਦੀ ਬਣ ਕੇ ਨੇਰੀ ਖਬਰ ਕਿਧਰ ਆ ਗਈ ਮੇਰੇ ਇਸ ਪੰਜਾਬ ਨੂੰ ਮੇਰੇ ਪੰਜਾਬ ਦੇ ਨਜ਼ਰ ਇਹ ਨਸ਼ਿਆਂ ਤੋਂ ਲਖਣੀ ਚਾਹੀਦੀ ਹੈ اور ਮੈਂ ਲੋਕਾਂ ਨੂੰ ਇਹੀ ਕਵਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਨਸ਼ਿਆਂ ਤੋਂ ਬਹੁਤ ਦੂਰ ਰਹਿਣ ਔਰ ਪੰਜਾਬ ਦੀ ਤਰੱਕੀ ਵੱਲ ਧਿਆਨ ਦੇਣ ਧੰਨਵਾਦ ਜੀ ਧੰਨਵਾਦ ਅੰਬਕਾ ਸੋਨੀਆ ਜੀ ਔਰ ਦੋਸਤੋ ਤੁਸੀਂ ਦੇਖਿਆ ਕਿ ਅੱਜ ਤੁਹਾਨੂੰ ਬੜੀ ਹੀ ਇੱਕ ਸੁਰੀਲੀ ਕਲਾਕਾਰ ਜਿਹੜੇ ਅੰਬਕਾ ਸੋਨੀਆ ਜੀ ਹੈ ਉਹਨਾਂ ਨਾਲ ਤੁਹਾਡੇ ਨਾਲ ਉਹਨਾਂ ਨੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਨੇ ਤੇ ਬੜੀਆਂ ਹੀ ਸਾਂਝਾਂ ਜਿਹੜੀਆਂ ਤੁਹਾਡੇ ਨਾਲ ਅੱਜ ਉਹਨਾਂ ਨੇ ਆਪਣਾ ਰਾਫਤਾ ਬਣਾ ਕੇ ਉਹਨਾਂ ਨੇ ਇੱਕ ਦੋਸਤਾਂ ਵਾਂਗੂ ਤੁਹਾਨੂੰ ਆਪਣਾ ਦਿਲ ਦੀਆਂ ਗੱਲਾਂ ਦਸੀਆਂ ਨੇ ਔਰ ਇਸ ਤਰ੍ਹਾਂ ਹੀ ਤੁਹਾਡੇ ਅਸੀਂ ਰੂਬਰੂ ਜਿਹੜੇ ਆ ਹੋਰ ਵੀ ਪੰਜਾਬ ਦੇ ਜਿਹੜੇ ਸਿਤਾਰੇ ਅਸੀਂ ਕਰਵਾਉਂਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਐਨਟੀਵੀ ਪੰਜਾਬ ਲਾਈਵ ਮਨਜੀਤ ਸਿੰਘ ਅਤੇ ਰਵਿੰਦਰ ਰਵੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ